अमर दास गुर हृदय नित त्यामो हृदय नित त्यामो श्री गुरु राम दास प्रसाद सच हो वाहे गुरु जी की फतेह विघ्न विनाशन सो विनाशन सो
सने गमन्यों कुछ डर के पहुँचे वान तहाँ चल कर के देख दूर ते तोप चलाई गान दुंदर दल बिखे बजाई। वाहिगुरु जी का खालसा वाहिगुरु जी की फतेह। गुरु सवारे खालसा जी आप जी वडभागे हो जो अठवें पातशाह बाला प्रीतम सतगुरु जिस डिठै सब दुख जाए इन्ना अजमता इन्ना वडियाइया दे मालक गुरु हर कृष्ण साहब महाराज जी दे पवित्र चरण शो प्राप्त इतिहासक स्थान गुरुद्वारा बंगला साहब जी की यात्रा करदे हां। जुगो जुग अटल शतर चवर तखत दे मालक तन तन श्री गुरु ग्रंथ साहिब पातशाह महाराज जी दे हजूर मनुखा जीवन दियां घड़ियां नूं सफला कर रहे हो। हुण समां है गुरु दरबार दे निजम अनुसार गुरु इतिहास दी चल रही लड़ीवार कथा दा अपनियां मन बिरतियां एकागर करो। रसना पवित्र कर दे एक बार सारे उच्चारण करो जी सतनाम वाहे गुरु जी। ए इतिहास दसवें पातशाह साहिबे कमाल बादशाह दरवेश मर्द अगमड़े सतगुरु कलगीधर पिता श्री गुरु गोबिंद सिंह पातशाह महाराज जी का है। प्रसंग है कि सतगुरां दा भेजिया होया बंदा बाबा बंदा सिंह बहादुर जिसने जमुना पार कीती है कपाल मोचन दे अस्थान तो पंज कोस दूर तेहे नगर दे थे ते उसने अपना डेरा लाया। बहुत सारे लोग उदे नाल आके रल गए ने। कवि जी ने इत्थे उन्हां दी गिणती 300 लिखी है। इस लड़ी नाल जुड़न तो पहला जो अज बहुत महान दिहाड़ा है ब्रह्म ज्ञानी धन धन बाबा बुढ़ा साहब जी दे जन्म दिन दा भाई सुगे रंधावे दे घर माता गौरां दी कुख तों सत कत्तक संमत 1563 विच जिथे अज श्री अमृतसर साहब है उस वेले नहीं सी हुंदा। अज अमृतसर साहब तो बहुत नेड़े नगर है कत्थू नगर।
ਇੱਥੇ ਬਾਬਾ ਜੀ ਦਾ ਜਨਮ ਹੋਇਆ। ਮਾਂ ਪਿਓ ਨੇ ਇਹਨਾਂ ਦਾ ਨਾਂ ਬੂੜਾ ਰੱਖਿਆ ਸੀ। ਪਰ ਜਦੋਂ ਇਹਨਾਂ ਦੀ ਭੇਂਟ ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨਾਲ ਹੋਈ, ਇਹ ਬਾਲਕ ਸਨ, ਬੱਚੇ ਸਨ, ਛੋਟੀ ਉਮਰ ਸੀ, ਪਰ ਇਹਨਾਂ ਦਾ ਸਵਾਲ ਬਹੁਤ ਵੱਡਾ ਸੀ। ਪੰਦਰਾਂ ਸੌ 63 ਦੇ ਵਿੱਚੋਂ ਤੁਸੀਂ 57 ਕੱਢ ਲਓ। ਕਿਉਂਕਿ 57 ਦਾ ਈਸਵੀ ਔਰ ਸੰਮਤ ਦੇ ਵਿੱਚ ਇਹ ਇੱਕ ਫਰਕ ਹੈ। ਜੇ 57 ਵਿੱਚੋਂ ਕੱਢ ਲਈਏ ਤੇ ਇਹ ਬਣਦਾ 1506। ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ 1469 ਵਿੱਚ ਹੋਇਆ। 69 ਦੇ ਵਿੱਚ 31 ਜੋੜੀਏ ਤੇ 1500 ਬਣਦਾ ਹੈ। 31 ਤੇ 6, ਇਹ 37 ਸਾਲ ਛੋਟੇ ਸਨ ਗੁਰੂ ਨਾਨਕ ਸਾਹਿਬ ਜੀ ਤੋਂ, ਉਮਰ ਕਰਕੇ, ਆਜੂ ਕਰਕੇ। ਇਹਨਾਂ ਨੇ ਜਿਹੜਾ ਸਵਾਲ ਕੀਤਾ ਸੀ ਗੁਰੂ ਨਾਨਕ ਸਾਹਿਬ ਨੂੰ, ਉਹ ਇਹ ਸੀ ਕਿ ਮੈਨੂੰ ਮੌਤ ਤੋਂ ਬਹੁਤ ਡਰ ਲੱਗਦਾ, ਮੈਂ ਰੋਜ਼ ਆਪਣੀ ਮਾਂ ਨੂੰ ਚੁੱਲ੍ਹੇ ਦੇ ਵਿੱਚ ਅੱਗ ਬਾਲਦਿਆਂ ਵੇਖਦਾ ਤੇ ਛੋਟੀਆਂ ਛੋਟੀਆਂ ਲੱਕੜੀਆਂ ਨੂੰ ਅੱਗ ਪਹਿਲਾਂ ਲੱਗਦੀ ਹੈ, ਵੱਡੀਆਂ ਲੱਕੜੀਆਂ ਨੂੰ ਬਾਅਦ ਵਿੱਚ ਲੱਗਦੀ ਹੈ। ਫਿਰ ਮੈਂ ਇੱਥੋਂ ਹਾਕਮ ਲੰਘਦੇ ਵੇਖੇ ਨੇ, ਫੌਜਾਂ ਲੰਘਦੀਆਂ ਵੇਖੀਆਂ ਨੇ, ਉਹ ਛੋਟੀਆਂ ਵੱਡੀਆਂ ਸਾਰੀਆਂ ਫਸਲਾਂ ਨੂੰ ਇੱਕ ਸਾਰ ਉਜਾੜੀ ਜਾਂਦੇ ਨੇ। ਉਹਨਾਂ ਦੇ ਅੱਗੇ ਛੋਟੀ ਜਾਂ ਕਿਸੇ ਵੱਡੀ ਫਸਲ ਦਾ ਕੋਈ ਫਰਕ ਨਹੀਂ ਹੈ। ਤੇ ਸਤਿਗੁਰਾਂ ਨੇ ਪੁੱਛਿਆ ਸੀ ਵੀ ਕਾਕਾ ਤੇਰਾ ਨਾਂ ਕੀ ਹੈ? ਕਹਿਣ ਲੱਗੇ ਜੀ ਘਰਦਿਆਂ ਨੇ ਮੇਰਾ ਨਾਮ ਬੂੜਾ ਰੱਖਿਆ ਹੈ। ਤੇ ਸਤਿਗੁਰੂ ਕਹਿਣ ਲੱਗੇ ਵੀ ਤੇ ਗੱਲਾਂ ਤੇ ਤੂੰ ਬੁੱਢਿਆਂ ਵਾਲੀਆਂ ਕਰਦਾ, ਬਜ਼ੁਰਗੀ ਬਾ ਅਕਲ ਇਹ ਜ਼ਰੂਰ ਪੱਲੇ ਬੰਨ ਲੈਣਾ, ਨਾ ਵਿਸਾਲ। ਉਮਰ ਨਾਲ ਬਜ਼ੁਰਗੀ ਨਹੀਂ ਆਉਂਦੀ, ਬੜੇ ਬੜੇ ਵਿਗੜੇ ਹੋਏ ਤੁਹਾਨੂੰ ਬੁੱਢੇ ਮਿਲਣਗੇ, ਬੜੇ ਬੜੇ ਵਿਗੜੇ ਹੋਏ। ਔਰ ਉਹਨਾਂ ਨੂੰ ਵੇਖ ਕੇ ਕਈ ਫਿਰ ਕਮੈਂਟਸ ਵੀ ਪਾਸ ਕਰਦੇ ਨੇ, ਕਹਿੰਦੇ ਬਾਪੂ ਫਿਰ ਤੇਰਾ ਜਵਾਨੀ ਕਿੱਦਾਂ ਦੀ ਹੋਏਗੀ ਜੇ ਤੇਰੇ ਬੁਢੇਪੇ ਦਾ ਇਹ ਹਾਲ ਹੈ, ਜਵਾਨੀ ਤੇ ਤੇਰੀ ਬੜੀ ਖਤਰਨਾਕ ਹੋਣੀ ਹੈ। ਉਮਰ ਨਾਲ ਬੰਦਾ ਬਜ਼ੁਰਗ ਨਹੀਂ ਹੁੰਦਾ। ਸਿਰ ਕੰਪਿਓ ਕਰੋ ਕਿਰਪਾ, ਸਿਰ ਕੰਪਿਓ ਪੱਗ ਡਗਮਗੇ, ਨੈਣ ਜੋਤ ਤੇ ਹੀਨ ਕਹੋ ਨਾਨਕ ਇਹ ਬਿੱਧ ਭਈ ਤਉ ਨਹਰ ਰਸ ਲੀਨ। ਇਹ ਕੋਈ ਗਰੰਟੀ ਨਹੀਂ ਹੈ। ਪੁੰਡਰ ਕੇਸ ਕੁਸਮ ਤੇ ਧੌਲੇ, ਸਬਤ ਪਤਾਲ ਕੀ ਬਾਣੀ, ਲੋਚਨ ਸ਼ਰਮੇ ਬੁੱਧ ਬਲ ਨਾਠੀ ਤਾਂ ਕਾਮ ਪਾਵਸ ਮਦਾਨੀ। ਅੱਖਾਂ
ਦੀ ਜੋਤ ਘੱਟ ਗਈ ਹੈ, ਬੁੱਧੀ ਦੀ ਸੁਰਤ ਵੀ ਘੱਟ ਗਈ ਹੈ, ਸਰੀਰ ਦਾ ਬਲ ਵੀ ਘੱਟ ਗਿਆ ਹੈ, ਪਰ ਕਾਮ ਦਾ ਜ਼ੋਰ ਨਹੀਂ ਘਟਿਆ। ਬਜ਼ੁਰਗੀ ਬਾ ਅਕਲ, ਹੁਣ ਅਸੀਂ ਛੋਟੀ ਛੋਟੀ ਉਮਰ ਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਕਹਿੰਦੇ ਹਾਂ, ਜਦੋਂ ਕਾਪੀ ਪੈੱਨ ਲੈ ਕੇ ਬਵੋਗੇ ਤਾਂ ਗੁਰੂ ਕੇ ਇਹਨਾਂ ਛੋਟੇ ਲਾਲਾਂ ਦੀ ਉਮਰ 7 ਸਾਲ ਅਤੇ 9 ਸਾਲ ਨਹੀਂ ਬਣਦੀ, ਇਹ 5 ਸਾਲ ਅਤੇ 7 ਸਾਲ ਬਣਦੀ ਹੈ। ਛੋਟੇ ਛੋਟੇ ਬੱਚਿਆਂ ਨੂੰ ਅਸੀਂ ਬਾਬਾ ਕਹਿੰਦੇ ਹਾਂ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਕਿਉਂਕਿ ਉਹ ਨਿੱਕੀਆਂ ਜਿੰਦਾਂ ਨੇ ਸਾਕੇ ਵੱਡੇ ਕੀਤੇ ਨੇ, ਜਿੰਦਾਂ ਬੜੀਆਂ ਛੋਟੀਆਂ ਸੀ ਪਰ ਬੜਾ ਵੱਡਾ ਇਤਿਹਾਸ ਲਿਖ ਕੇ ਗਏ ਨੇ, ਉਹ ਬਹੁਤ ਵੱਡਾ ਇਤਿਹਾਸ ਬਣਾ ਕੇ ਗਏ ਨੇ, ਸਿਰਜ ਕੇ ਗਏ ਨੇ। ਜਦੋਂ ਇਸ ਬੱਚੇ ਬੂੜੇ ਨੇ ਸਿਆਣੀਆਂ ਗੱਲਾਂ ਕੀਤੀਆਂ ਤਾਂ ਗੁਰੂ ਨਾਨਕ ਦੇ ਪਿਤਾ ਜੀ ਨੇ ਇਹ ਬਖਸ਼ਿਸ਼ ਕੀਤੀ ਸੀ, ਆਖਿਆ ਸੀ ਬਾਲਕ ਤੂੰ ਬੂੜਾ ਨਹੀਂ, ਤੂੰ ਤਾਂ ਬੁੱਢਾ ਹੈ। ਬਹੁਤ ਵਡਿਆਈਆਂ ਬਾਬੇ ਬੁੱਢੇ ਦੀ ਝੋਲੀ ਵਿੱਚ ਪਈਆਂ। ਗੁਰੂ ਹਰਗੋਬਿੰਦ ਪਿਤਾ ਮਹਾਰਾਜ ਤੱਕ 6 ਗੁਰੂ ਬਣੇ, ਜਗਤ ਗੁਰੂ ਗੁਰੂ ਨਾਨਕ ਸਾਹਿਬ ਤੋਂ ਬਖਸ਼ਿਸ਼ ਲੈਣ ਵਾਲਾ ਬਾਬਾ ਬੁੱਢਾ 5 ਗੁਰੂਆਂ ਨੂੰ ਗੁਰੂ ਬਣਨ ਦੀ ਜਿਹੜੀ ਮਰਿਆਦਾ ਸੀ ਉਹ ਨਿਭਾਉਣ ਵਾਲਾ ਬਣਿਆ। ਗੁਰਿਆਈ ਦਾ ਤਿਲਕ ਬਾਬਾ ਬੁੱਢਾ ਲਾਉਂਦਾ ਸੀ। ਜੇ ਮਾਂ ਗੰਗਾ ਨੇ ਪੁੱਤਰ ਮੰਗਿਆ ਉਹ ਵਡਿਆਈ ਵੀ ਗੁਰੂ ਅਰਜਨ ਸਾਹਿਬ ਨੇ ਬਾਬੇ ਬੁੱਢੇ ਦੀ ਝੋਲੀ ਵਿੱਚ ਪਾਈ, ਆਖਿਆ ਜਾਓ ਜਾ ਕੇ ਉੱਥੋਂ ਅਰਦਾਸ ਕਰਾਓ। ਜੇ ਬਾਬੇ ਦਾਤੂ ਨੇ ਗੁਰੂ ਅਮਰਦਾਸ ਮਹਾਰਾਜ ਨੂੰ ਤਖ਼ਤ 'ਤੇ ਬੈਠਿਆਂ ਲੱਤ ਮਾਰ ਕੇ ਤਖ਼ਤ ਤੋਂ ਥੱਲੇ ਸੁੱਟ ਦਿੱਤਾ ਤੇ ਗੁਰੂ ਅਮਰਦਾਸ ਅਜੇ ਵੀ ਉਹਨਾਂ ਦਾ ਸਨਮਾਨ ਕਰਦੇ ਆ, ਉਹਨਾਂ ਤੋਂ ਮਾਫੀ ਮੰਗ ਕੇ ਕਿ ਤੁਸੀਂ ਮੇਰੇ ਗੁਰੂ ਦੇ ਸਾਹਿਬਜ਼ਾਦੇ ਹੋ, ਮੇਰਾ ਸਰੀਰ ਬਜ਼ੁਰਗ ਹੈ, ਹੱਡੀਆਂ ਦੀ ਮੁੱਠ ਹੈ, ਤੁਹਾਡੇ ਪੈਰ ਬੜੇ ਕੋਮਲ ਨੇ, ਹੋ ਸਕਦਾ ਤੁਹਾਡੇ ਪੈਰ 'ਤੇ ਕੋਈ ਦਰਦ ਆਈ ਹੋਵੇ, ਮੇਰੇ ਬੁੱਢੇ ਸਰੀਰ ਕਰਕੇ ਤੇ ਮੈਨੂੰ ਮਾਫ਼ ਕਰ ਦੇਣਾ, ਬਾਕੀ ਰਹੀ ਗੱਲ ਹੁਕਮ ਕਰੋ। ਆਦੇਸ਼ ਕੀ ਹੈ? ਉਹ ਕਹਿਣ ਲੱਗੇ ਜੀ ਆਦੇਸ਼ ਕਾਹਦਾ, ਇਹ ਸਾਡਾ ਘਰ ਹੈ, ਤੁਸੀਂ ਤੇ ਸਾਡੇ ਬਾਪੂ ਨੂੰ ਨਵਾਉਣ ਲਈ ਆਏ ਸੀ, ਇਸ਼ਨਾਨ ਕਰਾਉਣ ਲਈ, ਤੇ ਪਾਣੀ ਭਰਦੇ ਭਰਦੇ ਘਰ ਦੇ ਮਾਲਕ ਕਿਵੇਂ ਬਣ ਗਏ ਤੁਸੀਂ? ਇਹ ਘਰ ਸਾਡਾ ਹੈ, ਤੁਸੀਂ ਛੱਡ ਕੇ ਚਲੇ ਜਾਓ। ਚਲੇ ਗਏ। ਉਹਨਾਂ ਨੂੰ ਜਿਹੜੀ ਲੱਭਣ ਦੀ ਵਡਿਆਈ ਹੈ ਉਹ ਫਿਰ ਬਾਬੇ ਬੁੱਢੇ ਦੀ ਝੋਲੀ ਵਿੱਚ ਪਈ ਹੈ। ਫਿਰ 1661 ਵਿੱਚ, ਹੁਣ 61 ਦੇ ਵਿੱਚੋਂ 57 ਫਿਰ ਕੱਢ ਦਿਓ, ਇਹ ਬਣੇਗਾ 1604 ਈਸਵੀ, 1661 ਸੰਮਤ, ਜਦੋਂ ਸ਼੍ਰੀ ਹਰਿਮੰਦਰ ਸਾਹਿਬ
ਦੇ ਵਿੱਚ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਤਾਂ ਪਹਿਲੇ ਗ੍ਰੰਥੀ ਬਾਬਾ ਬੁੱਢਾ ਸਾਹਿਬ ਨਿਯਤ ਹੋਏ। ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਹੋਈ ਤੇ ਉਸ ਅਕਾਲ ਬੁੰਗੇ ਦੀ ਸਿਰਜਣਾ ਵਿੱਚ ਅਕਾਲ ਤਖਤ ਦੀ ਸਿਰਜਣਾ ਵਿੱਚ ਕਿਸੇ ਰਾਜ ਨੇ ਹੱਥ ਲਗਾਏ ਉਹ ਬੁੱਢੇ ਔ ਗੁਰਦਾਸ ਬਣਾਏ। ਅਕਾਲ ਤਖਤ ਬਣਾਉਣ ਵਿੱਚ ਬਾਬਾ ਬੁੱਢਾ ਜੀ ਨੂੰ ਸੇਵਾ ਪ੍ਰਾਪਤ ਹੋਈ। ਮੀਰੀ ਪੀਰੀ ਦੀਆਂ ਸ਼ਮਸ਼ੀਰਾਂ ਗੁਰੂ ਹਰਗੋਬਿੰਦ ਪਿਤਾ ਜੀ ਨੂੰ ਬਾਬਾ ਬੁੱਢਾ ਜੀ ਨੇ ਧਾਰਨ ਕਰਵਾਈਆਂ। ਇਹ ਕਹਿਣਾ ਕਿ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਵੀ ਬਾਬਾ ਜੀ ਮੈਂ ਸੇਧੀ ਮਾਲਾ ਨਹੀਂ ਪਾਉਣੀ, ਮੈਨੂੰ ਖੜਗ ਪਹਿਨਾਈ ਜਾਏ, ਤੇ ਜਦੋਂ ਬਾਬਾ ਬੁੱਢਾ ਜੀ ਪਾਉਣ ਲੱਗੇ ਤੇ ਉਹ ਸੱਜੇ ਪਾਸੇ ਪੈ ਗਈ ਤੇ ਗੁਰੂ ਸਾਹਿਬ ਕਹਿਣ ਲੱਗੇ ਬਾਬਾ ਜੀ ਇਹ ਕੀ ਕੀਤਾ, ਤੇ ਬਾਬਾ ਜੀ ਕਹਿਣ ਲੱਗੇ ਜੀ ਮਾਫ ਕਰ ਦਿਓ ਮੇਰੀ ਉਮਰ ਵੱਡੀ ਹੈ। ਉਹ ਜਦੋਂ ਉਤਾਰ ਕੇ ਖੱਬੇ ਪਾਸੇ ਪਾਉਣ ਲੱਗੇ ਤੇ ਬਾਬਾ ਗੁਰੂ ਸਾਹਿਬ ਕਹਿਣ ਲੱਗੇ ਬਾਬਾ ਜੀ ਹੁਣ ਰਹਿਣ ਦਿਓ ਇੱਕ ਹੋਰ ਪਾ ਦਿਓ। ਵੇਖੋ ਕੈਸਾ ਸਿੱਖੀ ਦਾ ਅਸੀਂ ਜੋਕ ਬਣਾਉਂਦੇ ਹਾਂ, ਬਣਾ ਤਾ ਢਾਡੀਆਂ ਰਾਗ ਪ੍ਰਚਾਰਕਾਂ ਨੇ ਇੱਕ ਚੁਟਕਲਾ। ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਬਾਬਾ ਬੁੱਢਾ ਬ੍ਰਹਮ ਗਿਆਨੀ ਹੈ, ਫਿਰ ਕਹਿੰਦੇ ਜੀ ਉਹ ਭੁੱਲ ਵੀ ਗਿਆ। ਬ੍ਰਹਮ ਗਿਆਨੀ ਆਪ ਪਰਮੇਸ਼ਰ, ਰੱਬ ਰੂਪ ਹੋਵੇ ਤਾਂ ਉਹਨੂੰ ਬ੍ਰਹਮ ਗਿਆਨੀ ਕਹਿੰਦੇ ਆ। ਜਾਂ ਤਾਂ ਤੁਸੀਂ ਆਪਣੇ ਬਾਬਿਆਂ ਵਰਗਾ ਬ੍ਰਹਮ ਗਿਆਨੀ ਬਾਬੇ ਬੁੱਢੇ ਨੂੰ ਸਮਝ ਲਿਆ, ਕਿਉਂਕਿ ਅੱਜ ਕੱਲ੍ਹ ਬ੍ਰਹਮ ਗਿਆਨੀ ਦੀ ਡਿਗਰੀ ਬੀਬੀਆਂ ਦਿੰਦੀਆਂ ਨੇ ਵੀ ਸਾਡੇ ਬਾਬਾ ਜੀ ਤਾਂ ਬ੍ਰਹਮ ਗਿਆਨੀ ਨੇ। ਵੀ ਬੀਬੀ ਤੈਨੂੰ ਬ੍ਰਹਮ ਗਿਆਨੀ ਕਿੱਥੋਂ ਦਿਸ ਗਿਆ? ਬ੍ਰਹਮ ਗਿਆਨੀ ਕੀ ਗੱਤ, ਬ੍ਰਹਮ ਗਿਆਨੀ ਜਾਣੈ। ਤੂੰ ਰੋਜ਼ ਰਸੋਈ 'ਚ ਕੰਮ ਕਰਦੀ ਹੈ, ਰੋਜ਼ ਸਬਜ਼ੀਆਂ ਬਣਾਉਂਦੀ ਹੈ, ਰੋਜ਼ ਸਬਜ਼ੀਆਂ ਖਰੀਦਦੀ ਹੈ, ਗੋਭੀ ਖਰੀਦਣ ਜਾਵੇਂ ਤਾਂ ਕੀੜਿਆਂ ਵਾਲੀ ਚੁੱਕ ਲਿਆਵੇਂ, ਬੇਂਗਣ ਖਰੀਦਣ ਜਾਵੇਂ ਤਾਂ ਕੀੜਿਆਂ ਵਾਲੇ ਚੁੱਕ ਲਿਆਵੇਂ, ਅਤੇ ਬੇਂਗਣਾਂ ਦੀ ਅਤੇ ਗੋਭੀਆਂ ਦੀ ਖਰੀਦੋ ਫਰੋਖਤ ਵਿੱਚ, ਤੈਨੂੰ ਗੋਭੀ ਦੇ ਅਤੇ ਬੇਂਗਣ ਦੇ ਕੀੜੇ 'ਤੇ ਨਜ਼ਰ ਨਾ ਆਉਣ ਵੀ ਇਹਨਾਂ 'ਚ ਕੀੜੇ ਹੈਗੇ ਕਿ ਨਹੀਂ ਹੈਗੇ। ਬ੍ਰਹਮ ਬਾਬੇ ਦਾ ਬ੍ਰਹਮ ਗਿਆਨ ਤੈਨੂੰ ਕਿੱਥੋਂ ਦਿਸ ਗਿਆ ਵੀ ਤੈਨੂੰ ਗੋਭੀ ਦੇ ਕੀੜੇ ਤਾਂ ਦਿਸਦੇ ਨਹੀਂ, ਮੁੱਲ ਖਰੀਦਣ ਗਈ ਨੂੰ ਰੇਹੜੀ ਤੋਂ, ਬਤਾਵਾਂ ਦੇ ਕੀੜੇ ਤਾਂ ਦਿਸਦੇ ਨਹੀਂ ਤੈਨੂੰ। ਬਾਬਾ ਜੀ ਬ੍ਰਹਮ ਗਿਆਨੀ ਨੇ, ਉਹੋ ਜਿਹੇ ਬਾਬਾ ਜੀ। ਉਹ ਕਹਿੰਦੇ ਜੀ ਬੀਬੀਆਂ ਨੇ ਕਹਿ ਦਿੱਤਾ ਮੈਂ ਬਣ ਗਿਆ। ਇਹ ਬੀਬੀਆਂ ਦੇ ਬ੍ਰਹਮ ਗਿਆਨੀ ਨੇ। ਜਿਹੜਾ ਵਾਹਿਗੁਰੂ ਦੇ ਘਰ ਦਾ ਬ੍ਰਹਮ ਗਿਆਨੀ ਉਹ ਬਾਬਾ ਬੁੱਢਾ ਹੀ ਹੈ। ਇਹ ਮੀਰੀ ਅਤੇ ਪੀਰੀ ਇਹ ਦੋ ਤਲਵਾਰੀ ਵੱਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ। ਇਹ ਬਾਬਾ ਬੁੱਢਾ ਜੀ ਦੀ ਵੱਡੀ ਉਮਰ ਦੀ ਗਲਤੀ ਨਹੀਂ ਹੈ, ਇਹ ਸਿਧਾਂਤ ਹੈ ਗੁਰੂ ਹਰਗੋਬਿੰਦ ਸਾਹਿਬ ਦੇ ਘਰ ਦਾ। ਇਹ ਉਹਨਾਂ ਦਾ ਹੁਕਮ ਸੀ ਕਿ ਮੈਂ ਸੇਲੀ ਅਤੇ ਮਾਲਾ ਨਹੀਂ ਪਾਉਣੀ, ਮੈਂ ਮੀਰੀ ਅਤੇ ਪੀਰੀ ਦੀਆਂ ਦੋ ਖੜਗ ਧਾਰਨ ਕਰਨੀਆਂ ਨੇ। ਅਸੀਂ ਤਾਂ ਕਮਾਲ ਕਰ ਦਿੱਤੀ ਹੈ ਕਿ ਬਾਬਾ ਜੀ ਤੋਂ ਗਲਤੀ ਹੋ ਗਈ ਔਰ ਸਿਧਾਂਤ ਬਣ ਕੇ ਸਾਡੇ ਗਲ ਪੈ ਗਈ। ਉਹ ਗੱਲ ਨਾ ਬਾਬੇ ਬੁੱਢੇ ਦੀ ਇੱਜ਼ਤ ਘਟਾਓ ਅਤੇ ਨਾ ਗੁਰੂ ਨਾਨਕ ਦੇ ਸਿਧਾਂਤ ਦੀ ਤੁਹੀਨ ਕਰੋ। ਇਹ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਸੀ, ਮੀਰੀ ਅਤੇ ਪੀਰੀ ਦਾ ਸੁਮੇਲ, ਭਗਤੀ ਅਤੇ ਸ਼ਕਤੀ ਦਾ ਸੁਮੇਲ, ਇਹ ਸੰਤ ਅਤੇ ਸਿਪਾਹੀ ਦਾ ਇਹ ਸੁਮੇਲ। ਇਹਨੂੰ ਇੱਦਾਂ ਦੀਆਂ ਕਹਾਣੀਆਂ ਨਾਲ ਜੋੜ ਕੇ ਨਾ ਸੁਣਾਓ ਅਤੇ ਨਾ ਸੁਣੋ, ਇਹ ਰਸ ਵੀ ਨਾ ਲਵੋ। ਇੱਦਾਂ ਦੀਆਂ
ਅਨੰਤ ਵਡਿਆਈਆਂ ਬਾਬੇ ਬੁੱਢੇ ਦੇ ਹਿੱਸੇ ਵਿੱਚ ਆਈਆਂ। ਇੱਕ 125 ਸਾਲ ਬਾਬਾ ਬੁੱਢਾ ਜੀ ਦੀ ਆਜੂ ਹੈ ਅਤੇ 4 ਬਾਬਾ ਬੁੱਢਾ ਜੀ ਦੇ ਸਪੁੱਤਰ ਨੇ। ਸਮੇਂ ਦੀ ਇੱਕ ਆਪਣੀ ਸੀਮਾ ਹੈ, ਮੈਂ ਬਹੁਤਾ ਵਿਸਥਾਰ ਵਿੱਚ ਨਾ ਜਾਵਾਂ। ਆਪ ਸਾਰਿਆਂ ਨੂੰ ਬਾਬਾ ਬੁੱਢਾ ਸਾਹਿਬ ਦੇ ਜਨਮ ਦਿਨ ਦੀਆਂ ਲੱਖ 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 ਵਧਾਈਆਂ। ਦੂਸਰਾ, ਅੱਜ ਜੋ ਦੋ ਜਥੇਬੰਦੀਆਂ ਨੇ ਖਾਲਸੇ ਦੀ ਮਾਤਾ ਮਾਤਾ ਸਾਹਿਬ ਕੌਰ ਜੀ ਦਾ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਜੋ 338ਵਾਂ ਪਵਿੱਤਰ ਜਨਮ ਦਿਹਾੜਾ ਮਨਾਉਣ ਦਾ ਇਹ ਉਪਰਾਲਾ ਕੀਤਾ, ਮੈਂ ਆਪ ਸੰਗਤ ਵੱਲੋਂ, ਪ੍ਰਬੰਧਕ ਸੇਵਾਦਾਰਾਂ ਵੱਲੋਂ, ਪ੍ਰਧਾਨ ਸਾਹਿਬ ਸਰਦਾਰ ਮਨਜਿੰਦਰ ਸਿੰਘ ਜੀ ਸਿਰਸਾ, ਜਨਰਲ ਸਕੱਤਰ ਸਰਦਾਰ ਹਰਮੀਤ ਸਿੰਘ ਜੀ ਕਾਲਕਾ ਅਤੇ ਉਹਨਾਂ ਦੇ ਸਾਰੇ ਸਾਥੀਆਂ ਵੱਲੋਂ ਮੈਂ ਇਹਨਾਂ ਦੋਨਾਂ ਜਥੇਬੰਦੀਆਂ ਦੇ ਅਸਥਾਨਾਂ ਦੇ ਸੇਵਾਦਾਰਾਂ ਨੂੰ ਜੀ ਆਇਆਂ ਕਹਿਣਾ ਕਿ ਇਹਨਾਂ ਨੇ ਖਾਲਸੇ ਦੀ ਮਾਤਾ ਦਾ ਇੱਥੇ ਦਿਨ ਮਨਾਉਣ ਦਾ ਅੱਜ ਉੱਦਮ ਕੀਤਾ। ਮੈਂ ਕੋਸ਼ਿਸ਼ ਕੀਤੀ ਹੈ ਕਿ ਮੈਨੂੰ ਕੁਝ ਵਿਸਥਾਰ ਮਿਲੇ, ਪਰ ਮੈਨੂੰ ਨਹੀਂ ਮਿਲਿਆ। ਇੰਨਾ ਜ਼ਰੂਰ ਮਿਲਿਆ ਵੀ 16 ਵਿਸਾਖ ਸੰਮਤ 1757 ਇਹ ਮਾਤਾ ਜੀ ਦੇ ਵਿਆਹ ਦਾ ਇੱਕ ਦਿਨ ਭਾਈ ਕਾਹਨ ਸਿੰਘ ਨਾਭਾ ਨੇ ਜ਼ਰੂਰ ਲਿਖਿਆ। ਹੁਣ ਇਹਦੀ ਵੀ ਤਰੀਕ ਦਾ ਕਿ ਮੈਂ ਤਾਂ ਦਾਅਵਾ ਨਹੀਂ ਕਰ ਸਕਦਾ, ਪਰ ਇਹ ਜ਼ਰੂਰ ਉਹਨਾਂ ਨੇ ਲਿਖਿਆ ਕਿ ਭਾਈ ਰਾਮੋ ਬਸੀ ਖੱਤਰੀ ਦੀ ਪੁੱਤਰੀ ਹੈ, ਜਿਨ੍ਹਾਂ ਦਾ ਵਿਆਹ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਨਾਲ ਹੋਇਆ ਅਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਇਹਨਾਂ ਦੀ ਝੋਲੀ ਵਿੱਚ ਖਾਲਸੇ ਨੂੰ ਪਾਇਆ। ਇਸੇ ਕਰਕੇ ਆਪਾਂ ਮਾਤਾ ਸਾਹਿਬ ਕੌਰ ਜੀ ਨੂੰ ਖਾਲਸੇ ਦੀ ਮਾਤਾ ਕਹਿੰਦੇ ਹਾਂ। ਹੁਣ ਤਾਂ ਸਾਡੇ ਵਿੱਚ ਉਹ ਕੌਮੀ ਸਪਿਰਿਟ, ਕੌਮੀ ਪਿਆਰ ਬਿਲਕੁਲ ਨਾ ਮਾਤਰ ਹੈ। ਜਿਹਨੂੰ ਮਰਜ਼ੀ ਨਾਂ ਪੁੱਛ ਕੇ ਵੇਖ ਲਓ, ਤੁਹਾਡਾ ਨਾਂ ਕੀ ਹੈ ਜੀ? ਮੇਰਾ ਨਾਂ ਕੋਹਲੀ ਸਾਹਿਬ ਹੈ ਜੀ। ਮੇਰਾ ਨਾਂ ਢਿੱਲੋਂ ਸਾਹਿਬ ਹੈ ਜੀ। ਆਪਣੇ ਨਾਂ ਦੇ ਨਾਲ ਤੂੰ ਆਪੇ ਵਿਸ਼ੇਸ਼ਣ ਜਿੰਨੇ ਮਰਜ਼ੀ ਲਾ ਲੈ, ਕੀ ਫਰਕ ਪੈਂਦਾ? ਪਰ ਸੱਚ ਇਹ ਹੈ, ਸਿੱਖ ਧਰਮ ਦੀ ਮਰਿਆਦਾ ਦੇ ਅਨੁਸਾਰ ਲੜਕੇ ਦੇ ਨਾਮ ਨਾਲ ਸਿੰਘ ਔਰ ਬੱਚੀ ਦੇ ਨਾਮ ਦੇ ਨਾਲ ਜਿਹੜੇ ਸ਼ਬਦ ਆਏ ਨੇ ਉਹ ਕੌਰ ਹੈ। ਸਿੰਘ ਦਾ ਅਰਥ ਸ਼ੇਰ ਹੈ, ਲਾਇਨ ਹੈ। ਕੌਰ ਦਾ ਅਰਥ ਕੁੰਵਰ, ਰਾਜਕੁਮਾਰ ਹੈ। ਅੱਜ ਕੋਈ ਨਹੀਂ ਕਹਿੰਦਾ ਮੈਂ ਸਿੰਘ ਹਾਂ, ਕੋਈ ਬਲਜੀਤ ਸੇਠੀ ਹੈ, ਕੋਈ ਕੁਲਜੀਤ ਢਿੱਲੋਂ ਹੈ। ਜਿਹੜਾ ਨਾਂ ਗੁਰੂ ਨੇ ਦਿੱਤਾ, ਮੈਂ ਕਹਿੰਦਾ ਵੀ ਗੋਰਿਆਂ ਨੂੰ ਹੀ ਨਮਸਕਾਰ ਹੈ, ਉਹ ਤੁਹਾਨੂੰ ਮਿਸਟਰ ਸਿੰਘ ਕਹਿੰਦੇ ਨੇ, ਉਹ ਤੁਹਾਨੂੰ ਲਾਇਨ ਕਹਿ ਕੇ, ਸ਼ੇਰ ਕਹਿ ਕੇ ਬੋਲਦੇ ਨੇ ਤੁਹਾਨੂੰ। ਅਸੀਂ ਛੱਡ ਦਿੱਤਾ, ਇਹ ਸਪਿਰਿਟ ਸਾਡੇ ਚੋਂ ਮੁੱਕ ਗਈ ਹੈ। ਮੈਂ ਇੱਕ ਇਤਿਹਾਸਕ ਹਵਾਲੇ ਦਾ ਜ਼ਿਕਰ ਕਰਕੇ ਅੱਗੇ ਚੱਲਾਂ। ਅੰਗਰੇਜ਼ਾਂ ਨੇ ਹਿੰਦੁਸਤਾਨ 'ਤੇ ਤਕਰੀਬਨ 100 ਸਾਲ ਰਾਜ ਕੀਤਾ।
ਪਰ ਆਖਰੀ ਸਮਾਂ ਉਹਨਾਂ ਦਾ ਕੋਈ ਬਹੁਤਾ ਵਧੀਆ ਨਹੀਂ ਰਿਹਾ। ਜੇ ਮਹਾਤਮਾ ਗਾਂਧੀ ਵਰਗਿਆਂ ਨੇ ਵਧਾਈ ਦਿੱਤੀ ਸੀ ਸਿੱਖਾਂ ਨੂੰ ਜਦੋਂ ਚਾਬੀਆਂ ਦਾ ਮੋਰਚਾ ਫਤਿਹ ਹੋਇਆ ਤੇ ਆਖਿਆ ਸੀ ਕਿ ਤੁਸੀਂ ਆਜ਼ਾਦੀ ਦੀ ਪਹਿਲੀ ਜੰਗ ਜਿੱਤ ਲਈ ਹੈ, ਉਹਦਾ ਕਾਰਨ ਸੀ ਕਿ ਅੰਗਰੇਜ਼ ਹਿੱਲਦੇ ਨਹੀਂ ਸੀ। ਹੁਣ ਤਾਂ ਸਾਰਿਆਂ ਦਾ ਜ਼ੋਰ ਲੱਗਿਆ ਵੀ ਬਾਪੂ ਦੇ ਚਰਖੇ ਨੇ ਇੰਡੀਆ ਆਜ਼ਾਦ ਕਰਾਤਾ, ਜੇ ਚਰਖਿਆਂ ਨਾਲ ਸਭ ਕੁਝ ਹੁੰਦਾ ਹੈ ਤਾਂ ਫਿਰ ਬਾਰਡਰ 'ਤੇ ਚਰਖੇ ਘੱਲੋ, ਫਿਰ ਉੱਥੇ ਐਡੀਆਂ ਐਡੀਆਂ ਵੱਡੀਆਂ ਬਫੋਰਸ ਤੋਪਾਂ ਦੀ ਕੀ ਲੋੜ ਹੈ, ਉੱਥੇ ਐਡੇ ਐਡੇ ਮਹਿੰਗੇ ਬਾਹਰੋਂ ਜਹਾਜ਼ ਲਿਆ ਕੇ ਉਹਨਾਂ 'ਤੇ ਨਿੰਬੂ ਰੱਖ ਰੱਖ ਕੇ ਪੂਜਣ ਦੀ ਅਤੇ ਨਾਰੀਅਲ ਰੱਖ ਰੱਖ ਕੇ ਪੂਜਣ ਦੀ ਕੀ ਲੋੜ ਹੈ, ਚਰਖੇ ਦੇ ਦਿਓ ਕਿ ਸਿਪਾਹੀਆਂ ਨੂੰ ਫੌਜੀਆਂ ਨੂੰ। ਮੈਂ ਉਹਨਾਂ ਦੀ ਕਿਸੇ ਨਿੱਜੀ ਜ਼ਿੰਦਗੀ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ, ਪਰ ਇਹ ਗੱਲ ਖਾਣ ਦੀ ਕਿਉਂ ਤੁਸੀਂ ਹਿਮਾਕਤ ਕਰਦੇ ਹੋ ਕਿ ਅੰਗਰੇਜ਼ਾਂ ਨੂੰ ਇੰਡੀਆ ਤੋਂ ਕੱਢਣ ਵਿੱਚ ਸਭ ਤੋਂ ਵੱਡੀ ਕੰਟਰੀਬਿਊਸ਼ਨ ਸਿੱਖਾਂ ਦੀ ਹੈ। ਪੁੱਛੋ ਕਾਲੇ ਪਾਣੀ ਕਿੰਨੇ ਸਿੱਖ ਗਏ, ਤੋਪਾਂ ਦੇ ਅੱਗੇ ਖੜੇ ਕਰਕੇ ਕਿੰਨੇ ਉਡਾਏ ਗਏ, ਜਲ੍ਹਿਆਂਵਾਲੇ ਬਾਗ ਦੇ ਵਿੱਚ ਕਿੰਨੇ ਸ਼ਹੀਦ ਹੋਏ। ਅੱਜ ਵੀ ਇੰਡੀਆ ਗੇਟ ਜਿਹੜਾ ਹੈ ਉੱਥੇ ਜਿਹੜੇ ਸ਼ਹੀਦਾਂ ਦੇ ਨਾਂ ਲਿਖੇ ਨੇ ਉੱਥੇ ਪੜ੍ਹ ਕੇ ਵੇਖਿਓ, ਤੁਹਾਨੂੰ 70-75% ਨਾਮ ਸਿੱਖਾਂ ਦੇ ਮਿਲਣਗੇ। ਸਿੱਖਾਂ ਨੇ ਮੋਰਚੇ ਲਾਉਣੇ ਸ਼ੁਰੂ ਕੀਤੇ, ਐਸੀ ਨਨਕਾਣਾ ਸਾਹਿਬ ਤੋਂ ਮੋਰਚਿਆਂ ਦੀ ਲੜੀ ਸ਼ੁਰੂ ਹੋਈ ਕਿ ਜਦੋਂ ਜੈਤੋ ਦਾ ਮੋਰਚਾ ਆਇਆ ਤਾਂ ਅੰਗਰੇਜ਼ਾਂ ਨੇ ਇੱਕ ਫੈਸਲਾ ਕਰ ਲਿਆ ਕਿ ਬੜੇ ਦੁਖੀ ਹਾਂ, ਇਹ ਜਿਹੜਾ ਮੋਰਚਾ ਲਾਉਂਦੇ ਨੇ ਫਤਿਹ ਕਰਕੇ ਛੱਡਦੇ ਨੇ, ਇਸ ਵਾਰੀ ਇਹਨਾਂ ਨੂੰ ਉਹ ਸਜ਼ਾ ਦਿਓ, ਇਹਨਾਂ ਦੇ ਘਰ ਦੇ ਕਹਿਣ ਕਿ ਤੁਸੀਂ ਮੋਰਚੇ 'ਚ ਨਹੀਂ ਜਾਣਾ। ਹੁਣ ਉਹਦੇ ਲਈ ਤਰੀਕਾ ਕੀ ਕੱਢਿਆ, ਉਹ ਕਹਿੰਦੇ ਵੀ ਜਦੋਂ ਇਹਨਾਂ ਨੂੰ ਗ੍ਰਿਫਤਾਰ ਕਰੋ, ਅਰੈਸਟ ਕਰੋ, ਇਹਨਾਂ ਦਾ ਸਾਰਾ ਬਿਊਰਾ ਲਿਖੋ, ਨਾਂ ਕੀ ਹੈ, ਪਿਤਾ ਦਾ ਨਾਂ ਕੀ ਹੈ, ਪਿੰਡ ਦਾ ਨਾਂ ਕੀ ਹੈ, ਔਰ ਇਹਨਾਂ ਦੇ ਘਰਾਂ ਤੱਕ ਪਹੁੰਚ ਕਰੋ, ਔਰ ਉਹਨਾਂ ਨੂੰ ਇੰਜ ਸਜ਼ਾ ਜਾਫਤਾ ਕਰੋ ਕਿ ਘਰ ਦੇ ਬੱਚੇ ਹੀ ਕਹਿਣ ਵੀ ਬਾਪੂ ਵੀ ਤੂੰ ਤਾਂ ਮਰਨਾ, ਵੀ ਸਾਡਾ ਕੀ ਕਸੂਰ ਹੈ। ਪਰ ਤੁਸੀਂ ਹੈਰਾਨ ਹੋਵੋਗੇ, ਜਦੋਂ ਇਹਨਾਂ ਦੇ ਨਾਮ ਪਤੇ ਲਿਖੇ ਗਏ, ਇੱਕ ਇੱਕ ਸਿੱਖ ਨੇ ਆਪਣਾ ਨਾਮ ਲਿਖਾਉਂਦਿਆਂ ਨਾਲ ਲਿਖਿਆ ਖਾਲਸਾ। ਅੱਜ ਖਾਲਸਾ ਕਿੱਥੇ ਹੈ? ਅੱਜ ਤਾਂ ਕੋਈ ਸਿੰਘ ਲਿਖਣ ਨੂੰ ਤਿਆਰ ਨਹੀਂ ਹੈ। ਕੋਹਲੀ ਲਿਖਾ ਲਓ, ਢਿੱਲੋਂ ਲਿਖਾ ਲਓ, ਪੁੱਛੋ ਵੀ ਇਹਨਾਂ ਜਾਤਾਂ ਪਾਤਾਂ ਗੋਤਰਾਂ ਦੀ ਬੈਕਗਰਾਊਂਡ ਕੀ ਹੈ। ਉਹ ਅੱਜ ਕੱਲ੍ਹ ਪਾਕਿਸਤਾਨ ਦਾ ਇੱਕ ਆਰਮੀ ਚੀਫ ਜਿਹੜਾ ਉਹ ਬਾਜਵਾ ਹੈ। ਹੁਣ ਜੇ ਪਿਆਰ ਨਾਲ ਹੀ ਪੁੱਛਿਆ ਜਾਵੇ ਵੀ ਤੁਸੀਂ ਬਾਜਵੇ ਕਿਤੇ ਮੁਸਲਮਾਨਾਂ ਵਾਲੇ ਤਾਂ ਨਹੀਂ, ਫਿਰ ਕਹਿਣਗੇ ਨਹੀਂ ਨਹੀਂ ਜੀ ਉਹ ਪਹਿਲਾਂ ਸਾਰੇ ਪਿੰਡ ਇਕੱਠੇ ਹੁੰਦੇ ਸੀ ਨਾ ਜੀ। ਇਹ ਜਾਤਾਂ ਗੋਤਰ ਅੰਗਰੇਜ਼ਾਂ 'ਚ ਵੀ ਮੈਂ ਵੇਖੇ ਨੇ। ਮੇਰੇ ਦੋਸਤ ਨੇ ਮਹਿੰਦਰ ਸਿੰਘ ਤਨੇਜਾ ਨਿਊਯਾਰਕ ਵਿੱਚ, ਅਸੀਂ ਪਿਆਰ ਨਾਲ ਉਹਨਾਂ ਨੂੰ ਸਿੱਖਾਂ ਦਾ ਮੇਹਰ ਕਹਿੰਦੇ ਹਾਂ, ਬੜੀ ਉਹਨਾਂ ਨੇ ਆਪਣੀ ਸਰਕਾਰ ਵਿੱਚ ਥਾਂ ਬਣਾਈ ਹੈ ਔਰ ਸਿੱਖਾਂ 'ਚ ਵੀ ਬਣਾਈ ਹੈ। ਉਹਨਾਂ ਦੇ ਦੋਸਤ ਨੇ, ਉਹ ਆਪਣੇ ਨਾਂ ਦੇ ਨਾਲ ਸਾਡੇ ਵਾਲੇ ਗੋਤਰ ਲਿਖਦੇ ਨੇ, ਇਹ ਚੀਮੇ ਵਿਰਕ ਬਾਜਵੇ ਇਹ ਸਾਰੇ ਤੁਹਾਨੂੰ ਮੁਸਲਮਾਨਾਂ 'ਚ ਮਿਲਣਗੇ।
ਔਰ ਇਹ ਜਾਤ ਇਹ ਗੋਤਰ ਤੁਹਾਨੂੰ ਗੋਰਿਆਂ ਵਿੱਚ ਵੀ ਮਿਲਣਗੇ। ਹੁਣ ਪਤਾ ਨਹੀਂ ਉਹ ਕਿਵੇਂ ਪਹੁੰਚੇ ਨੇ, ਇਹ ਮੈਨੂੰ ਨਹੀਂ ਪਤਾ, ਪਰ ਇਹਦੇ 'ਚ ਮੈਂ ਕੋਈ ਤੁਹਾਨੂੰ ਅੱਤ ਕਥਨੀ ਨਹੀਂ ਸੁਣਾ ਰਿਹਾ, ਝੂਠ ਨਹੀਂ ਸੁਣਾ ਰਿਹਾ ਮੈਂ ਤੁਹਾਨੂੰ। ਪਰ ਜੈਤੋ ਦੇ ਮੋਰਚੇ ਵਿੱਚ ਹਰ ਸਿੱਖ ਨੇ ਆਪਣੇ ਨਾਂ ਦੇ ਨਾਲ ਲਿਖਿਆ ਖਾਲਸਾ। ਜੇ ਪੁੱਛਿਆ ਵੀ ਪਿਤਾ ਦਾ ਨਾਂ, ਉਹਨੇ ਲਿਖਾਇਆ ਗੁਰੂ ਗੋਬਿੰਦ ਸਿੰਘ, ਮਾਤਾ ਦਾ ਨਾਂ ਮਾਤਾ ਸਾਹਿਬ ਕੌਰ, ਵਾਸੀ ਅਨੰਦਪੁਰ ਸਾਹਿਬ। ਹੁਣ ਜਦੋਂ ਉਹਨਾਂ ਨੇ ਸਾਰੇ ਉਹ ਐਡਰੈਸ ਇਕੱਠੇ ਕੀਤੇ ਤਾਂ ਪਤਾ ਲੱਗਿਆ ਵੀ ਜਿੰਨੇ ਜੈਤੋ ਦੇ ਮੋਰਚੇ ਵਿੱਚ ਗ੍ਰਿਫਤਾਰ ਹੋਏ ਨੇ, ਜੇ ਇਹਨਾਂ ਦੇ ਪਰਿਵਾਰਾਂ ਦੀ ਗਿਣਤੀ ਮਿਣਤੀ ਕਰੀਏ ਤਾਂ ਇੰਨੀ ਤਾਂ ਆਬਾਦੀ ਨਹੀਂ ਅਨੰਦਪੁਰ ਸਾਹਿਬ ਦੀ। ਅਨੰਦਪੁਰ ਸਾਹਿਬ ਦੀ ਆਬਾਦੀ ਅੱਜ ਵੀ ਬਹੁਤ ਥੋੜ੍ਹੀ ਹੈ। ਅਨੰਦਪੁਰ ਸਾਹਿਬ ਦੀ ਮਹੱਤਤਾ ਇਤਿਹਾਸ ਕਰਕੇ ਹੈ, ਉੱਥੋਂ ਦੀ ਆਬਾਦੀ ਕਰਕੇ ਨਹੀਂ ਹੈ, ਉੱਥੋਂ ਦੇ ਇਲਾਕੇ ਕਰਕੇ, ਜਗ੍ਹਾ ਕਰਕੇ ਨਹੀਂ ਹੈ, ਉੱਥੋਂ ਦੇ ਕਿਸੇ ਵਣਜ ਵਪਾਰ ਕਰਕੇ ਨਹੀਂ ਹੈ। ਮੇਰੇ ਮਿੱਤਰ ਹੁੰਦੇ ਸੀ, ਕੁਹਾਟ ਰਹਿੰਦੇ ਸੀ, ਰਣਜੀਤ ਸਿੰਘ ਸਲੂਜਾ, ਉਹਨਾਂ ਗੱਲ ਸੁਣਾਈ ਮੈਨੂੰ 1999 ਦੀ ਵਿਸਾਖੀ ਦੇ ਟਾਈਮ। ਉਹ ਬੜਾ ਮਹੀਨਾ ਡੇਢ ਮਹੀਨਾ ਉੱਥੇ ਰਹੇ, ਮੈਂ ਵੀ ਰਿਹਾ, ਤਾਂ ਗੱਲ ਸੁਣਾਉਣ ਕਹਿੰਦੇ ਮੈਂ ਚਲਾ ਗਿਆ ਪਪੀਤਾ ਲੈਣ, ਅਨੰਦਪੁਰ ਸਾਹਿਬ ਬਾਜ਼ਾਰ 'ਚ ਪਪੀਤਾ ਲੈਣ ਗਿਆ ਅਤੇ ਅੱਗੋਂ ਫਰੂਟ ਵਾਲਾ ਕਹਿੰਦਾ ਸਰਦਾਰ ਜੀ ਦਿੱਲੀਓਂ ਆਏ ਹੋ? ਉਹ ਕਹਿੰਦਾ ਕੀ ਮਤਲਬ? ਕਹਿੰਦਾ ਪਪੀਤਾ ਦਿੱਲੀ ਵਾਲੇ ਮੰਗਦੇ ਨੇ, ਇੱਥੇ ਤਾਂ ਮੰਗਦਾ ਕੋਈ ਨਹੀਂ ਹੈ। ਉੱਥੇ ਕੋਈ ਇੰਡਸਟਰੀ ਨਹੀਂ ਹੈ, ਉੱਥੇ ਕੋਈ ਬਹੁਤ ਆਬਾਦੀ ਨਹੀਂ ਹੈ, ਕੋਈ ਬਹੁਤ ਵੱਡਾ ਸ਼ਹਿਰ ਨਹੀਂ ਹੈ। ਇਹ ਤਾਂ ਅੱਜ ਦੀ ਗੱਲ ਸੁਣਾ ਰਿਹਾ ਮੈਂ ਤੁਹਾਨੂੰ, ਪਰ ਜੇ ਤੁਸੀਂ 100 ਸਾਲ ਪਿੱਛੇ ਚਲੇ ਜਾਓ ਤਾਂ ਅੰਗਰੇਜ਼ ਹੈਰਾਨ ਹੋ ਗਏ ਵੀ ਇਹਨਾਂ ਸਾਰਿਆਂ ਦੀ ਮਾਂ ਸਾਹਿਬ ਕੌਰ ਹੈ। ਹਾਂ ਭਾਈ, ਖਾਲਸੇ ਦੀ ਮਾਂ ਹੈ ਸਾਹਿਬ ਕੌਰ, ਜਿਨ੍ਹਾਂ ਦਾ ਅੱਜ ਇੱਥੇ ਆਪਾਂ 338ਵਾਂ ਇਹ ਜਨਮ ਦਿਨ ਮਨਾ ਰਹੇ ਹਾਂ। ਇਹਨਾਂ ਦੋਨਾਂ ਜਥੇਬੰਦੀਆਂ ਦਾ, ਟਰੱਸਟ ਦਾ ਵੀ ਅਤੇ ਗੁਰਦੁਆਰਾ ਸੇਵੇ ਵਾਲਾ ਸਾਹਿਬ ਦਾ, ਜੋ ਉੱਥੋਂ ਦਾ ਪ੍ਰਬੰਧ ਹੈ, ਉੱਥੋਂ ਦੇ ਸੇਵਾਦਾਰ ਨੇ, ਉਹਨਾਂ ਦਾ ਵੀ ਧੰਨਵਾਦ। ਵਿਸ਼ੇਸ਼ ਕਰਕੇ ਮੈਂ ਆਪਣੇ ਵੀਰ ਰਜਿੰਦਰ ਸਿੰਘ ਹੋਰਾਂ ਦਾ ਧੰਨਵਾਦੀ ਹਾਂ ਕਿ ਉਹਨਾਂ ਨੇ ਇਹ ਸਾਰਾ ਉੱਦਮ ਕੀਤਾ। ਸੋ ਆਓ, ਜਿਤਨਾ ਸਮਾਂ ਥੋੜ੍ਹਾ ਜਿਹਾ ਬਾਕੀ ਬਚਿਆ ਹੈ, ਆਪਾਂ ਲੜੀ ਨਾਲ ਜੁੜੀਏ। ਲੜੀ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਟੇਹੇ ਪਹੁੰਚ ਗਏ ਨੇ, ਉੱਚੇ ਥੇ 'ਤੇ ਉਹਨਾਂ ਦਾ ਡੇਰਾ ਹੈ, 300 ਦੇ ਕਰੀਬ ਉਹਨਾਂ ਦੇ ਕੋਲ ਲੜਨ ਵਾਲੇ ਲੋਕ ਇਕੱਠੇ ਹੋ ਚੁੱਕੇ ਨੇ। ਕਿਸੇ ਨੇ ਜਾ ਕੇ ਮੁਸਤਫਾਬਾਦ ਦੇ ਹਾਕਮ ਨੂੰ ਪਹੁੰਚ ਕੀਤੀ ਹੈ ਕਿ ਤੁਸੀਂ ਇੱਥੇ ਬੈਠੇ ਹੋ, ਉੱਧਰ ਕੋਈ ਵਿਅਕਤੀ ਆਇਆ ਅਤੇ ਉਹਨੇ ਬੜਾ ਉਪਦਰਵ ਉਠਾਇਆ ਹੋਇਆ। ਉਹ ਪੁੱਛਦਾ ਕੌਣ ਹੈ? ਕਹਿਣ ਲੱਗੇ ਤਾਂ ਸਾਨੂੰ ਵੀ ਨਹੀਂ ਪਤਾ ਵੀ ਉਹ ਕੌਣ ਹੈ। ਫਿਰ ਤਾਂ ਤੁਰਕ ਪਤ ਹੋਇਸ ਤਿਆਰ, ਜੀਨ ਤੁਰੰਗਣ ਤੂਰਨ ਡਾਰ, ਦਵੈ ਹਜ਼ਾਰ ਚੜ ਕਰ ਅਸਵਾਰ, ਦੋਏ ਤੋਪ ਲੈ ਸੰਗ ਜੁਝਾਰ। ਫਿਰ ਉਹ ਮੁਸਤਫਾਬਾਦ ਦਾ ਹਾਕਮ ਜਿਹੜਾ ਸੀ, 2000 ਫੌਜ ਲੈ ਕੇ, 2 ਤੋਪਾਂ ਲੈ ਕੇ ਉਹ ਚੜ੍ਹਾਈ ਕਰਦਾ। ਲੂਟ ਕੂਟ ਜੈ ਕੀਨਸ ਡੇਰਾ, ਸੁਣ ਤਿਤ ਗਮਣਿਓ ਕ੍ਰੋਧ ਵਡੇਰਾ। ਜਿੱਧਰ ਉਹਨੂੰ ਪਤਾ ਲੱਗਿਆ ਕਿ ਉਹ ਜਿਹੜਾ ਬਾਹਰੋਂ ਕੋਈ ਹਮਲਾਵਰ ਆਇਆ ਹੈ ਉਹਦਾ ਡੇਰਾ ਇੱਧਰ ਹੈ, ਜਿਹੜਾ ਦੁਨੀਆ ਨੂੰ ਲੁੱਟ ਵੀ ਲੈਂਦਾ ਹੈ ਅਤੇ ਕੁੱਟ ਵੀ ਦਿੰਦਾ, ਉਸ ਪਾਸੇ ਮੁਸਤਫਾਬਾਦ ਦਾ ਹਾਕਮ ਜਿਹੜਾ ਹੈ ਉਹ ਆਪਣੀ ਫੌਜ ਲੈ ਕੇ ਅੱਗੇ ਵੱਧਦਾ। ਇੱਥੋਂ ਤੱਕ ਆਪਾਂ ਨੇ ਕੱਲ੍ਹ ਕਥਾ ਸੁਣੀ ਸੀ, ਅਗਲੀ ਕਥਾ ਆਪ ਜੀ ਬੜੇ ਪਿਆਰ ਦੇ ਨਾਲ ਸਰਵਣ ਕਰੋ। ਹਾਂਜੀ। ਸਨੇ ਸਨੇ ਗਮਨਿਓ ਕੁਛ ਡਰ ਕੇ,
ਪਹੁੰਚਿਓ ਆਨ ਤਹਾਂ ਚੱਲ ਕਰਕੇ। ਹੌਲੀ ਹੌਲੀ ਉਹ ਇੱਥੇ ਪਹੁੰਚ ਗਿਆ, ਪਰ ਕਵੀ ਜੀ ਕਹਿੰਦੇ ਵੀ ਇੱਕ ਡਰ ਉਹਦੇ ਮਨ ਵਿੱਚ ਵੀ ਹੈ, ਕਿਉਂਕਿ ਉਹਨੂੰ ਪਤਾ ਹੀ ਨਹੀਂ ਕੌਣ ਹੈ। ਮੈਂ ਤਾਂ ਰੋਜ਼ ਬੇਨਤੀ ਕਰਦਾ ਵੀ ਦੋਸਤੀ ਅਤੇ ਦੁਸ਼ਮਣੀ ਬਿਨਾਂ ਸਮਝੇ ਨਹੀਂ ਕਰਨੀ ਚਾਹੀਦੀ, ਸਾਡੀ ਤਾਂ ਬਹੁਤ ਗਲਤੀ ਹੈ। ਨਾ ਅਸੀਂ ਦੋਸਤੀ ਕਰਨ ਲੱਗਿਆਂ ਸੋਚਦੇ ਹਾਂ ਕਿਸੇ ਨਾਲ, ਨਾ ਦੁਸ਼ਮਣੀ ਕਰਨ ਲੱਗਿਆਂ ਸੋਚਦੇ ਹਾਂ। ਸਾਨੂੰ ਸ਼ਾਇਦ ਇਹ ਨਹੀਂ ਪਤਾ ਵੀ ਦੋ ਬੰਦੇ ਲੜ ਪਏ ਨਾ, ਇੱਕ ਤਕੜਾ ਸੀ ਇੱਕ ਕਮਜ਼ੋਰ ਸੀ, ਅਤੇ ਉਹ ਜਿਹੜਾ ਤਕੜਾ ਸੀ ਨਾ ਉਹ ਕਮਜ਼ੋਰ ਨੂੰ ਕਹਿੰਦਾ, ਕਹਿੰਦਾ ਮੈਂ ਤੇਰੇ 33 ਦੇ 33 ਦੰਦ ਕੱਢ ਦੇਣੇ ਆ। ਤੂੰ ਕਮਜ਼ੋਰ ਅੱਗੋਂ ਕਹਿੰਦਾ ਵੀ ਹੁੰਦੇ ਹੀ 32 ਨੇ, ਕਹਿੰਦਾ ਮਰਨਿਆ ਇੱਕ ਅੱਧਾ ਤੂੰ ਮੇਰਾ ਵੀ ਤਾਂ ਕੱਢੇਗਾ, ਬਿਲਕੁਲ ਤਾਂ ਨਹੀਂ ਪੁੱਜੇ ਉਤਰੇਗਾ ਤੂੰ, ਕੁਛ ਤੂੰ ਵੀ ਤਾਂ ਕਰੇਗਾ ਕੁਛ ਨਾ ਕੁਛ ਕਿ ਨਹੀਂ। ਅਸੀਂ ਕੁਝ ਵੀ ਸਿੱਖਣ ਦੀ ਕੋਸ਼ਿਸ਼ ਨਹੀਂ ਕਰਦੇ ਗੁਰਦੁਆਰੇ ਆ ਕੇ, ਬਸ ਗੁਰਦੁਆਰੇ 'ਤੇ ਆਉਂਦੇ ਹੀ ਨਾ ਅਸੀਂ, ਮੈਨੂੰ ਨਹੀਂ ਸਮਝ ਆਉਂਦੀ ਵੀ ਅਸੀਂ ਕਰਦੇ ਕੀ ਹਾਂ। ਚੰਗੇ ਭਲੇ ਅਸੀਂ ਆਪਣੇ ਕਾਰੋਬਾਰ ਕਰਦੇ ਹਾਂ, ਚੰਗੇ ਭਲੇ ਅਸੀਂ ਆਪਣੇ ਪਰਿਵਾਰ ਚਲਾਉਂਦੇ ਹਾਂ, ਚੰਗੇ ਸੋਹਣੇ ਆ ਤਰੀਕੇ ਨਾਲ ਆਪਣਾ ਘਰ ਸਵਾਰਦੇ ਹਾਂ, ਜਦੋਂ ਗੁਰਦੁਆਰੇ ਆਵਾਂਗੇ ਤਾਂ ਬਾਹਰ ਉਹ ਸਾਹਮਣੇ ਜੁੱਤੀਆਂ ਲਾ ਦੇਵਾਂਗੇ, ਪੁੱਛੋ ਵੀ ਇਹ ਕਾਹਦੇ ਲਈ, ਬਸ ਗਿਆਨੀ ਜੀ ਹੁਣੇ ਆਏ। ਤਾਂ ਮੈਂ ਕਹਿੰਦਾ ਹੁੰਦਾ ਵੀ ਇਹ ਥੋੜ੍ਹੀ ਜਿਹੀ ਸੇਵਾ ਮੈਨੂੰ ਦਿਓ ਨਾ, ਵੀ ਤੁਹਾਡੇ ਬੂਹੇ ਅੱਗੇ ਮੈਂ ਵੀ 5-7 ਜੁੱਤੀਆਂ ਦੇ ਜੋੜੇ ਰੱਖ ਕੇ ਆਵਾਂ, ਬਰਦਾਸ਼ਤ ਕਰੋਗੇ? ਕੁਛ ਨਹੀਂ, ਤੁਹਾਡੇ ਬੂਹੇ ਕਿ ਜੁੱਤੀਆਂ ਦੇ ਜੋੜੇ ਰੱਖ ਕੇ ਆਉਣੇ 5-7 ਮੈਂ ਨਹੀਂ, ਉੱਥੇ ਨਹੀਂ ਬਰਦਾਸ਼ਤ ਕਰਾਂਗੇ। ਗੁਰਦੁਆਰੇ ਠੀਕ ਹੈ, ਪਤਾ ਨਹੀਂ ਕਿਉਂ ਇੱਥੇ ਆ ਕੇ ਕਵਲੀਆਂ ਮਾਰਨ ਦੀ ਕੋਸ਼ਿਸ਼ ਕਰਦੇ ਹਾਂ ਅਸੀਂ। ਬੜੇ ਬੜੇ ਸਿਆਣੇ ਵਿਅਕਤੀ ਜਿਨ੍ਹਾਂ ਨੇ ਆਪਣੇ ਘਰ ਬੜੇ ਸੋਹਣੇ ਚਲਾਏ ਨੇ, ਪਰਿਵਾਰ ਬੜੇ ਸੋਹਣੇ ਸੰਭਾਲੇ ਹੋਏ ਨੇ, ਉਹ ਵੀ ਇੱਥੇ ਆ ਕੇ ਉਸ ਤਰੀਕੇ ਨਾਲ ਜ਼ਿੰਮੇਵਾਰੀ ਨੂੰ ਨਹੀਂ ਨਿਭਾਉਂਦੇ। ਨਾ ਸਾਨੂੰ ਇਹ ਪਤਾ ਵੀ ਦੋਸਤੀ ਕਿਹਦੇ ਨਾਲ ਕਰਨੀ ਹੈ, ਨਾ ਸਾਨੂੰ ਇਹ ਪਤਾ ਵੀ ਦੁਸ਼ਮਣੀ ਕਿਹਦੇ ਨਾਲ ਕਰਨੀ ਹੈ। ਹੁਣ ਪਿੱਛੇ ਵੇਖੋ ਇੱਕ ਕਥਾ ਸੁਣੀ ਅਸੀਂ, ਔਰੰਗਜ਼ੇਬ ਮਰ ਗਿਆ, ਉਹਦਾ ਵੱਡਾ ਪੁੱਤਰ ਗੱਦੀ 'ਤੇ ਬਹਿ ਗਿਆ, ਛੋਟੇ ਪੁੱਤਰ ਨੇ ਗੁਰੂ ਕਲਗੀਧਰ ਦੀ ਸ਼ਰਨ ਲਈ ਹੈ ਅਤੇ ਸਤਿਗੁਰੂ ਨੇ ਉਹਦੇ ਸਿਰ 'ਤੇ ਹੱਥ ਰੱਖ ਦਿੱਤਾ। ਅਤੇ ਤੁਹਾਡੀ ਔਰ ਮੇਰੀ ਅਕਲ ਮੁਤਾਬਕ ਕੀ ਚਾਹੀਦਾ ਸੀ? ਬਿਲਕੁਲ ਨਹੀਂ ਸੀ ਰੱਖਣਾ ਚਾਹੀਦਾ, ਇਹ ਦੋਵੇਂ ਸੱਪ ਦੇ ਬੱਚੇ ਸੀ, ਇਹ ਦੋਵੇਂ ਔਰੰਗਜ਼ੇਬ ਦੇ ਪੁੱਤਰ ਨੇ ਨਾ, ਅਤੇ ਔਰੰਗਜ਼ੇਬ ਕਦੋਂ ਸੱਕਾ ਹੋ ਗਿਆ ਗੁਰੂ ਸਾਹਿਬ ਦਾ? ਅਤੇ ਜੇ ਔਰੰਗਜ਼ੇਬ ਸੱਕਾ ਨਹੀਂ ਤਾਂ ਉਹਦੇ ਬੱਚੇ ਕਿਵੇਂ ਸੱਕੇ ਹੋ ਗਏ? ਪਰ ਗੁਰੂ ਸਾਹਿਬ ਨੇ ਬਹਾਦਰ ਸ਼ਾਹ ਦੇ ਸਿਰ 'ਤੇ ਹੱਥ ਰੱਖ ਦਿੱਤਾ। ਹੁਣ ਇਹਨੂੰ ਕੀ ਕਹਿੰਦੇ ਨੇ? ਇਹਨੂੰ ਕਹਿੰਦੇ ਨੇ ਵੀ ਵਕਤ ਇਹ ਕਹਿੰਦਾ ਸੀ ਗੁਰੂ ਕਲਗੀਧਰ ਪਾਤਸ਼ਾਹ ਨੂੰ ਕਿ ਔਰੰਗਜ਼ੇਬ ਦੇ ਮਰਨ ਨਾਲ ਵੀ ਜ਼ੁਲਮ ਨਹੀਂ ਮੁੱਕੇਗਾ, ਤਾਰਾ ਆਜਮ ਦੂਜਾ ਔਰੰਗਜ਼ੇਬ ਬਣੇਗਾ। ਹੁਣ ਇਹ ਤਾਂ ਹੋ ਨਹੀਂ ਸਕਦਾ ਵੀ ਔਰੰਗਜ਼ੇਬ ਮਰ ਗਿਆ ਅਤੇ ਹੁਣ ਅਸੀਂ ਰਾਜੇ ਬਣਾਂਗੇ, ਸਾਡੇ 'ਚ ਕਈ ਇੱਦਾਂ ਦੇ ਹੀ ਨੇ, ਉਹ ਤਾਂ ਬੜੇ ਚਿਰ ਦੇ ਲੱਗੇ ਹੋਏ ਨੇ। ਉਹ ਕਹਿੰਦੇ ਜਦੋਂ ਇੰਦਰਾ ਮੋਗੀ ਫਿਰ ਵੇਖਿਓ, ਇੰਦਰਾ ਮੋਗੀ ਜਿਹੜੇ ਮੁੜ ਕੇ ਆਏ ਉਹ ਇੰਦਰਾ ਦੇ ਭੈਣ ਭਰਾ ਹੀ ਆਏ, ਬਦਲਿਆ ਬਦਲਿਆ ਕੁਝ ਨਹੀਂ ਹੈ। ਕਿਉਂਕਿ ਸਾਡੀ ਹਾਲਤ ਇਹ ਵੀ ਭਾਵੇਂ ਸਾਰਾ ਪਿੰਡ ਮਰ ਜਾਏ ਅਸੀਂ ਨੰਬਰਦਾਰ ਕੋਈ ਨਹੀਂ ਬਣਨਾ, ਅਸੀਂ ਤੁਰਦੇ ਹੀ ਨਹੀਂ ਉਸ ਪਾਸੇ, ਸਿਰਫ ਇੱਕ ਦੋਹਰਾ ਪੜ੍ਹਦੇ ਹਾਂ, ਰਾਜ ਕਰੇਗਾ ਖਾਲਸਾ ਆ ਕੀ ਰਹੇ ਨਾ ਕੋਈ, ਬੜਾ ਜ਼ੋਰ ਲਾਉਂਦੇ। ਮੈਂ ਤਾਂ ਹੌਲੀ ਹੌਲੀ ਬੋਲਦਾ ਮਗਰੋਂ ਪਤਾ ਲੱਗਦਾ ਵੀ ਤੇਰੇ ਮਾਈਕ 'ਚ ਬੋਲਣ ਨਾਲ ਉਹ ਤਾਂ ਮਗਰ ਬੜਾ ਜੋਸ਼ ਹੈ, ਪਰ ਉਹਦੇ ਲਈ ਯਤਨ ਕੋਈ ਨਹੀਂ, ਨਾ ਸਮਝ ਵੀ ਕੋਈ ਨਹੀਂ ਹੈ, ਅਪਰੋਚ ਵੀ ਕੋਈ ਨਹੀਂ ਹੈ। ਫਿਰ ਕਹਿੰਦੇ ਕੀ ਨੇ, ਮਹਾਰਾਜ ਬਣਾਏਗਾ, ਅਤੇ ਜਿੱਦਣ ਮਹਾਰਾਜ ਬਣਾਏਗਾ ਉੱਧਰ ਫਿਰ ਤੇਰੀ ਕੀ ਲੋੜ ਹੈ? ਇਹਦੇ 'ਚ ਤਾਂ ਕੋਈ ਅੱਤ ਕਥਨੀ ਨਹੀਂ, ਜਿੱਦਣ ਮਹਾਰਾਜ ਨੇ ਬਣਾਉਣਾ ਹੈ ਉਦੋਂ ਉਹਨੇ ਕਿਸੇ ਨੂੰ ਪੁੱਛ ਕੇ ਬਣਾਉਣਾ ਕਿ
ਨਾ ਮੇਰੇ ਕਰਕੇ ਬਣਾਉਣਾ ਨਾ ਭਾਈ ਤੁਹਾਡੇ ਕਰਕੇ ਬਣਾਉਣਾ ਉਹ ਤਾਂ ਫਿਰ ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਿਹਾ ਇਹ ਤਾਂ ਉਹਦੀਆਂ ਵਡਿਆਈਆਂ ਨੇ ਉਹਦੇ ਵਿੱਚ ਸਾਡਾ ਤਾਂ ਕੁਝ ਨਹੀਂ ਹੋਏਗਾ ਗੁਰੂ ਸਾਹਿਬ ਨੇ ਬਹਾਦਰ ਸ਼ਾਹ ਦੇ ਸਿਰ 'ਤੇ ਹੱਥ ਇਸੇ ਕਰਕੇ ਰੱਖਿਆ ਸੀ ਕਿ ਤਾਰਾ ਆਜਮ ਨੂੰ ਰੋਕੋ ਪਹਿਲਾਂ ਰੋਕਿਆ ਬਹਾਦਰ ਸ਼ਾਹ ਨੇ ਔਰ ਬਹਾਦਰ ਸ਼ਾਹ ਕਰਕੇ ਕੁਝ ਸਮਾਂ ਸਾਨੂੰ ਰਿਲੀਫ ਵੀ ਮਿਲੀ ਆ ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਦੀ ਨਿਸ਼ਾਨਦੇਹੀ ਉਦੋਂ ਹੀ ਹੋਈ ਹੈ ਗੁਰੂ ਕਲਗੀਧਰ ਪਾਤਸ਼ਾਹ ਆਪ ਕਰਕੇ ਗਏ ਸੀ ਇੱਥੇ ਦਿੱਲੀ ਆ ਕੇ ਫਿਰ ਹਾਲਾਤ ਵਿਗੜ ਗਏ ਫਿਰ ਸਾਰਾ ਕੁਝ ਗਵਾਚ ਗਿਆ ਫਿਰ ਸਾਡੇ ਬਜ਼ੁਰਗ ਆਏ ਬਾਬਾ ਬਘੇਲ ਸਿੰਘ ਹੋਰੀ ਸਰਦਾਰ ਜੱਸਾ ਸਿੰਘ ਆਲੂਵਾਲੀਆ ਸਾਹਿਬ ਸਰਦਾਰ ਜੱਸਾ ਸਿੰਘ ਜੀ ਰਾਮਗੜੀਆ ਸਾਹਿਬ ਉਹ ਆਏ ਫਿਰ ਉਹਨਾਂ ਨੇ ਲਾਲ ਕਿਲ੍ਹੇ 'ਤੇ ਕੇਸਰੀ ਨਿਸ਼ਾਨ ਝੁਲਾਏ ਉਹ ਫਿਰ ਇੱਥੇ ਕੁਝ ਸਮਾਂ ਰਹੇ ਫਿਰ ਉਹ ਫਿਰ ਦੁਬਾਰਾ ਇਹ ਸਾਰੇ ਗੁਰਦੁਆਰੇ ਬਣਾ ਕੇ ਗਏ ਇਤਿਹਾਸ ਹੈ ਸਾਡਾ ਇਹ ਸਾਡੀ ਹਿਸਟਰੀ ਹੈ ਮੁਸਤਫਾਬਾਦ ਦਾ ਹਾਕਮ 2000 ਫੌਜ ਲੈ ਕੇ 2 ਤੋਪਾਂ ਲੈ ਕੇ ਆਇਆ ਹੈ ਕਵੀ ਜੀ ਨੇ ਬੜੇ ਸੋਹਣੇ ਸ਼ਬਦ ਲਿਖੇ ਨੇ ਸਣੇ ਸਣੇ ਗਮਣਿਓ ਕੁਛ ਡਰ ਕੇ ਪਹੁੰਚਿਓ ਆਣ ਤਹਾਂ ਚੱਲ ਕਰਕੇ ਆਈ ਤਾਂ ਜਾਂਦਾ ਹੈ ਪਰ ਕਹਿੰਦੇ ਡਰਦਾ ਵੀ ਹੈ ਵੀ ਪਤਾ ਨਹੀਂ ਸਾਹਮਣੇ ਕੌਣ ਹੈ ਉਹਦੀ ਕਿੰਨੀ ਕੁ ਤਾਕਤ ਹੋਏਗੀ ਕੌਣ ਹੈ ਉਹ ਕਿੰਨੀ ਕੁ ਸ਼ਕਤੀ ਦਾ ਮਾਲਕ ਹੋਏਗਾ ਅਸੀਂ ਤਾਂ ਕਦੇ ਇੱਦਾਂ ਸੋਚਦੇ ਹੀ ਨਹੀਂ ਨਾ ਇੱਥੇ ਸਾਹਮਣੇ ਵਾਲੇ ਨੂੰ ਆਪਸ ਕੋ ਦੀਰ ਕਰ ਮਨ ਹੈ ਔਰਨ ਕੋ ਲੱਗ ਮਾਤ ਆਪਣੇ ਆਪ ਨੂੰ ਊੜਾ ਏੜਾ ਸਮਝਦੇ ਆ ਦੂਜਿਆਂ ਨੂੰ ਔਂਕੜਾਂ ਦਲਿੰਕੜਾਂ ਹੀ ਮੰਨਦੇ ਹਾਂ ਅਸੀਂ ਸਾਡੀ ਸਾਰਿਆਂ ਦੀ ਗਲਤੀ ਹੈ ਕਿ ਅਸੀਂ ਸਾਹਮਣੇ ਵਾਲੇ ਨੂੰ ਸਸਤਾ ਤੋਲਦੇ ਹਾਂ ਆਪਣੇ ਆਪ ਨੂੰ ਅਸੀਂ ਫੰਨੇ ਖਾਂ ਸਮਝਦੇ ਹਾਂ ਨਹੀਂ ਭਾਈ ਪਹਿਲੀ ਗੱਲ ਤਾਂ ਸਭ ਦਾ ਸਨਮਾਨ ਕਰੋ ਸਭ ਦੀ ਇੱਜ਼ਤ ਕਰੋ ਸਿਧਾਂਤ ਇਹ ਹੈ ਕਿ ਮੰਦਾ ਜਾਣੈ ਆਪ ਕੋ ਅਵਰ ਭਲਾ ਸੰਸਾਰ ਗੁਰਮਤਿ ਦਾ ਸਿਧਾਂਤ ਇਹ ਹੈ ਵੀ ਮਾੜਾ ਹੀ ਸਮਝਣਾ ਹੈ ਅਤੇ ਆਪਣੇ ਆਪ ਨੂੰ ਖੁਦ ਨੂੰ ਮੰਨੋ ਬਜਾਏ ਕਿ ਦੁਨੀਆਂ ਨੂੰ ਮਾੜਾ ਕਹੀਏ ਆਪਾਂ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਪ੍ਰਣਵਤ ਨਾਨਕ ਤਾਰੇ ਸੋ ਆਪਣੇ ਆਪ ਨੂੰ ਬਹੁਤੀ ਦਾਅਵੇਦਾਰੀ ਵਿੱਚ ਨਹੀਂ ਪਾਉਣਾ ਚਾਹੀਦਾ ਆ ਗਿਆ ਹੈ ਮੁਸਤਫਾਬਾਦ ਦਾ ਹਾਕਮ ਪਰ ਡਰਿਆ ਹੋਇਆ ਪਹੁੰਚ ਗਿਆ ਉੱਥੇ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਦਾ ਡੇਰਾ ਹੈ ਜੀ ਦੇਖ ਦੂਰ ਤੇ ਤੋਪ ਚਲਾਈ ਗਨ ਦੁੰਦ ਬਦਲ ਵਿਖੇ ਬਜਾਈ ਦੂਰੋਂ ਹੀ ਉਹਨੇ ਤੋਪ ਚਲਾਈ ਹੈ ਹੁਣ ਇਹ ਕੀ ਹੈ ਇਹ ਜੰਗ ਅਤੇ ਯੁੱਧ ਦਾ ਇਹ ਸਭ ਤੋਂ ਵਧੀਆ ਤਰੀਕਾ ਹੈ ਦੇਖੋ ਤੁਸੀਂ ਵਿਚਰੋਗੇ ਤੁਰੋਗੇ ਸਾਰਾ ਕੁਝ ਪੜ੍ਹ ਕੇ ਨਹੀਂ ਆਉਂਦਾ ਅੱਜ ਵੀ ਤੁਸੀਂ ਨੌਕਰੀ ਲੈਣ ਜਾਓਗੇ ਤਾਂ ਅਗਲੇ ਤੁਹਾਨੂੰ ਇਕੱਲੀ ਡਿਗਰੀ ਨਹੀਂ ਪੁੱਛਦੇ ਉਹ ਇਹ ਵੀ ਪੁੱਛਦੇ ਨੇ ਕਿ ਜੇ ਤੇਰੀ ਪੜ੍ਹਾਈ ਦਾ ਸਰਟੀਫਿਕੇਟ ਇਹ ਹੈ ਇਹ ਵੀ ਦੱਸ ਇਹਦੇ ਨਾਲ ਕੋਈ ਤੂੰ ਪ੍ਰੈਕਟੀਕਲ ਵੀ ਕੀਤਾ ਇੱਥੇ ਬਾਹਰਲੇ ਮੁਲਕਾਂ ਵਿੱਚ ਜਾਈਏ ਤਾਂ ਪਤਾ ਲੱਗਦਾ ਇੱਥੇ ਤਾਂ ਅਜੇ ਕੁਛ ਹੈ ਨਹੀਂ ਹੋ ਸਕਦਾ 2-4 ਸਾਲਾਂ 'ਚ ਹੋ ਜਾਏ ਤੁਰ ਪਏ ਅਸੀਂ ਉਸ ਪਾਸੇ ਵੈਸੇ ਤੁਸੀਂ ਪੜ੍ਹ ਗਏ ਹੋ ਤਾਂ ਇੰਜੀਨੀਅਰ ਨਹੀਂ ਹੋ ਤੁਸੀਂ ਪੜ੍ਹ ਗਏ ਹੋ ਤਾਂ ਡਾਕਟਰ ਨਹੀਂ ਹੋ ਕਈ ਪੜ੍ਹੇ ਲਿਖੇ ਡਾਕਟਰ ਅੱਜ ਵੀ ਇੱਥੇ ਟੈਕਸੀਆਂ ਚਲਾਉਂਦੇ ਨੇ ਇੰਜੀਨੀਅਰ ਟੈਕਸੀਆਂ ਚਲਾਉਂਦੇ ਨੇ ਅਮੈਰੀਕਾ 'ਚ ਉਸ ਤੋਂ ਬਾਅਦ ਤੁਹਾਨੂੰ ਰੈਜੀਡੈਂਸੀ ਕਰਨੀ ਪੈਂਦੀ ਹੈ ਔਰ ਮੈਂ ਸੁਣ ਕੇ ਹੈਰਾਨ ਹਾਂ 72 ਘੰਟੇ ਕੋਈ ਬ੍ਰੇਕ ਨਹੀਂ 72 ਘੰਟਿਆਂ ਬਾਅਦ ਛੁੱਟੀ ਮਿਲੇਗੀ ਤੁਹਾਨੂੰ
ਪੜ੍ਹਨ ਨਾਲੋਂ ਵੀ ਰੈਜੀਡੈਂਸੀ ਕਰਦਿਆਂ ਬੰਦਾ ਪਾਗਲ ਹੋ ਜਾਂਦਾ ਹੈ। ਐਵੇਂ ਥੋੜ੍ਹਾ ਕਹਿੰਦੇ ਵੀ ਅਮੈਰੀਕਾ ਦੇ ਡਾਕਟਰ ਬੜੇ ਸਿਆਣੇ ਨੇ, ਸਿਆਣੇ ਇਸ ਕਰਕੇ ਨੇ ਵੀ ਉਹਨਾਂ ਨੇ ਪੜ੍ਹਨ ਤੋਂ ਬਾਅਦ ਸਿੱਖਿਆ ਵੀ ਬਹੁਤ ਹੈ। ਹਾਇਰ ਐਜੂਕੇਸ਼ਨ ਬਾਹਰ ਦੀ ਕਿਉਂ ਵਧੀਆ ਹੈ? ਇਸੇ ਕਰਕੇ ਵਧੀਆ ਕਿ ਪੜ੍ਹਨ ਨਾਲੋਂ ਜਿਹੜੀ ਉਹ ਮੁੜ ਕੇ ਪ੍ਰੈਕਟਿਸ ਕਰਾਉਂਦੇ ਨੇ ਉਹਦੇ ਵਿੱਚ ਕੋਈ ਸਮਝੌਤਾ ਨਹੀਂ ਹੈਗਾ। ਜਦੋਂ ਤੁਸੀਂ ਅਥੋਰਾਈਜ਼ ਹੋਣਾ ਹੈ ਨਾ, ਉਹਦੇ ਵਾਸਤੇ 5 ਸਾਲ 7 ਸਾਲ ਤੁਹਾਨੂੰ ਉਸ ਤੋਂ ਵੱਧ ਕੰਮ ਕਰਨਾ ਪੈਂਦਾ ਸਰਟੀਫਾਈ ਹੋਣ ਵਾਸਤੇ। ਇੱਥੇ ਤਾਂ ਪੜ੍ਹਾਈ ਦਾ ਸਰਟੀਫਿਕੇਟ ਚੁੱਕਿਆ ਅਤੇ ਮੁੜ ਕੇ ਬੰਦਾ ਆਪਣੀ ਨੇਮ ਪਲੇਟ 'ਤੇ ਲਿਖ ਲੈਂਦਾ ਇੰਜੀਨੀਅਰ, ਉੱਥੇ ਕੋਈ ਨਹੀਂ ਲਿਖਣ ਦਿੰਦਾ। ਉੱਥੇ ਸਰਟੀਫਾਈ ਹੋਣ ਵਾਸਤੇ ਜਿੰਨੇ ਸਾਲ ਪੜ੍ਹਨ 'ਤੇ ਲਾਏ ਨੇ ਉਦੋਂ ਵੱਧ ਤੁਹਾਨੂੰ ਐਕਸਪੀਰੀਅੰਸ ਲੈਣ 'ਤੇ ਲਾਉਣੇ ਪੈਂਦੇ ਨੇ, ਤਾਂ ਜਾ ਕੇ ਤੁਸੀਂ ਕਿਸੇ ਮੁਕਾਮ 'ਤੇ ਮੰਜ਼ਿਲ 'ਤੇ ਪਹੁੰਚਦੇ। ਮੈਂ ਸੁਣ ਕੇ ਹੈਰਾਨ ਹਾਂ, ਇਹ ਦੋ ਘਟਨਾਵਾਂ ਮੈਂ ਸੁਣ ਬੈਠਾ। ਇੱਕ ਸੱਜਣ ਨੇ ਸੁਣਾਈ ਗੱਲ, ਕਹਿੰਦੇ ਸੀ ਚੰਡੀਗੜ੍ਹੋਂ ਤੁਰੇ ਮਗਰ ਬੰਦੇ ਲੱਗ ਗਏ। ਕਹਿੰਦੇ ਸੀ ਬਥੇਰੀ ਸੱਜੇ ਖੱਬੇ ਗੱਡੀ ਵਾੜੀ, ਉਹ ਬੰਦੇ ਸਾਡੇ ਮਗਰ। ਸਾਨੂੰ ਕਨਫਰਮ ਹੋ ਗਿਆ ਵੀ ਇਹ ਬੰਦੇ ਸਾਡੇ ਮਗਰ ਨੇ। ਉਹ ਆਏ ਸੀ ਅਮੈਰੀਕਾ ਤੋਂ, ਕਹਿੰਦੇ ਸਾਡੇ ਕੋਲ ਪੈਸੇ ਵੀ ਸੀ, ਨਾਲ ਪਰਿਵਾਰ ਸੀ, ਬੀਬੀਆਂ ਵੀ ਸੀ। ਕਹਿੰਦੇ ਫਿਰ ਅਸੀਂ ਕੀ ਕੀਤਾ? ਤਿਆਰੀ ਕਰ ਲਈ। ਇੱਕ ਪਾਸੇ ਨੂੰ ਗੱਡੀ ਕੱਢੀ ਅਤੇ ਗੱਡੀ ਹੌਲੀ ਕਰਕੇ ਸ਼ੀਸ਼ੇ ਖੋਲ੍ਹ ਕੇ, ਕਹਿੰਦਾ ਜਦੋਂ ਤਾੜ 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 ਪਿਸਤੌਲ ਚਲਾਏ ਨਾ, ਕਹਿੰਦਾ ਮੁੜ ਕੇ ਨਹੀਂ ਪਤਾ ਲੱਗਾ ਵੀ ਉਹ ਗੱਡੀਆਂ ਕਿਹੜੇ ਖੇਤਾਂ 'ਚੋਂ ਨਿਕਲ ਕੇ ਭੱਜੇ ਹੋ। ਮੈਂ ਕਿਹਾ ਜੀ ਹਵਾਈ ਫਾਇਰ ਕਰਨ ਦੀ ਕੀ ਲੋੜ ਸੀ? ਅਤੇ ਕਹਿੰਦਾ ਉੱਦਾਂ ਉਹਨਾਂ ਡਰਨਾ ਨਹੀਂ ਸੀ। ਅਸੀਂ ਨੋਰਮਲੀ ਇਹ ਸੋਚਦੇ ਹਾਂ ਵੀ ਗੋਲੀ ਤਾਂ ਅਗਲੇ ਨੂੰ ਸਿੱਧੀ ਮਾਰਨੀ ਚਾਹੀਦੀ ਹੈ। ਨਹੀਂ, ਹੁਣ ਇਹਨੇ ਕੀ ਕੀਤਾ? ਬੰਦੇ ਬਹਾਦਰ ਦੇ ਪ੍ਰਤੀ ਮੁਸਤਫਾਬਾਦ ਦੇ ਹਾਕਮ ਨੇ ਆ ਕੇ ਪਹਿਲਾਂ 2 ਗੋਲੇ ਤੋਪਾਂ ਦੇ ਚਲਾਏ। ਉਹਦਾ ਮਤਲਬ ਸੀ ਵੀ ਜੇ ਮਾੜਾ ਮੋਟਾ ਹੋਇਆ ਤਾਂ ਉੱਦਾਂ ਹੀ ਭੱਜੇਗਾ ਵੀ ਤੋਪਾਂ ਆ ਗਈਆਂ, ਗੋਲੇ ਆ ਗਏ। ਕਵੀ ਜੀ ਨੇ ਇੱਥੇ ਲਿਖਿਆ, ਦੇਖ ਦੂਰ 'ਤੇ ਤੋਪ ਚਲਾਈ ਗਨ ਦੁੰਦਬ ਦਲ ਵਿਖੇ ਬਜਾਈ। ਫੌਜ ਦੇ ਵਿੱਚ ਉਹਨੇ ਨਗਾਰਾ ਵਜਾਇਆ ਜਾਂ ਢੋਲ ਵਜਾਇਆ, ਜੋ ਵੀ ਉਸ ਵੇਲੇ ਅਵੇਲੇਬਿਲਟੀ ਹੋਏਗੀ ਉਹਦੇ ਕੋਲ, ਅਤੇ 2 ਤੋਪਾਂ ਦੇ ਗੋਲੇ ਚਲਾ ਦਿੱਤੇ ਤਾਂ ਕਿ ਸਾਹਮਣੇ ਵਾਲਾ ਵਿਅਕਤੀ, ਸਾਹਮਣੇ ਕੌਣ ਹੈ? ਸਾਹਮਣੇ ਬੰਦਾ ਸਿੰਘ ਬਹਾਦਰ ਹੈ, ਕਿ ਉਹ ਡਰ ਜਾਏ, ਉਹ ਭੈ ਭੀਤ ਹੋ ਜਾਏ, ਉਹ ਮੈਦਾਨ ਛੱਡ ਕੇ ਚਲਾ ਜਾਏ। ਇਹ ਉਹਦੀ ਯੁੱਧ ਨੀਤੀ ਦਾ, ਉਹਦੀ ਜੰਗ ਨੀਤੀ ਦਾ ਇੱਕ ਹਿੱਸਾ ਸੀ। ਉਹਨੇ ਅਚਾਨਕ ਆ ਕੇ ਹਮਲਾ ਨਹੀਂ ਬੋਲਿਆ, ਪਹਿਲਾਂ ਉਹਨੇ ਆਪਣਾ ਖੌਫ, ਆਪਣਾ ਡਰ ਦੇਣ ਦੀ ਕੋਸ਼ਿਸ਼ ਕੀਤੀ ਹੈ। ਹਾਂਜੀ, ਡਰੇ ਬਿਲੋਕਤ ਪੁੰਜ ਲੁਟੇਰੇ ਲਰੇ ਕੌਣ ਇਨਕੇਰ ਅਗੇਰੇ। ਉਹ ਜਿਹੜੇ 300 ਬੰਦੇ ਬਾਬੇ ਬੰਦੇ ਬਹਾਦਰ ਕੋਲ ਇਕੱਠੇ ਹੋਏ ਸੀ, ਉਹ ਤਾਂ ਕੰਬਣ ਲੱਗ ਗਿਆ। ਉਹ ਤਾਂ ਆਏ ਸੀ ਵੀ ਮੌਜਾਂ ਲੱਗ ਗਈਆਂ ਨੇ, ਵੀ ਥੋੜ੍ਹਾ ਬਹੁਤਾ ਲੁੱਟ ਦਾ ਮਾਲ ਸਾਡੇ ਹੱਥ ਵੀ ਆਉਂਦਾ। ਉਹਨਾਂ ਨੂੰ ਇਹ ਥੋੜ੍ਹਾ ਪਤਾ ਸੀ ਵੀ ਤੋਪਾਂ ਅੱਗੇ ਖੜ੍ਹਾ ਕਰਕੇ ਬੰਦਾ ਸਾਨੂੰ ਉਡਾ ਦੇਗਾ। ਉਹ ਡਰ ਗਏ। ਡਰੇ ਬਲੋਕਤ ਪੁੰਜ ਲੁਟੇਰੇ ਲਰੇ ਕੌਣ ਇਨ ਕੇਰ ਅਗੇਰੇ। ਉਹ ਤਾਂ ਮਨ ਛੱਡ ਗਏ ਵੀ ਇਹ ਤੋਪਾਂ ਵਾਲੇ ਨਾਲ ਕੌਣ ਲੜੇਗਾ, ਸਾਡੀ ਤਾਂ ਹਿੰਮਤ ਨਹੀਂ ਹੈਗੀ। ਹਾਂਜੀ, ਚੰਮੋ ਅਦਕ ਜਿਮ ਆਟੇ ਲੋਨ ਧਰ ਭਰਾ ਕਰਮ ਲਰ ਗਨ ਹੈ ਕੌਣ। ਇੱਕ ਪਾਸੇ 2000 ਤੇ ਇੱਕ ਪਾਸੇ 300। ਕਵੀ ਜੀ ਕਹਿੰਦੇ ਤੇ ਇਵੇਂ ਸੀ ਜਿਵੇਂ ਆਟੇ ਦੇ ਸਾਹਮਣੇ ਲੂਣ ਰੱਖਿਆ ਹੋਵੇ, ਆਟੇ ਵਿੱਚ ਲੂਣ ਪਾਇਆ ਹੋਵੇ। ਉਹ ਬਹੁਤੇ ਨੇ, ਥੋੜ੍ਹੇ ਨੇ, ਅਤੇ ਥੋੜ੍ਹੇ ਬਹੁਤਿਆਂ ਦੇ ਅੱਗੇ ਕਿੰਨਾ ਕੁ ਪਰਾਕਰਮ ਕਰਨਗੇ, ਕਿੰਨੀ ਕੁ ਹਿੰਮਤ ਕਰ ਸਕਦੇ ਨੇ, ਕਿੰਨੀ ਕੁ ਹਿੰਮਤ ਜੁਟਾ ਸਕਦੇ ਨੇ, ਕਿੰਨੀ ਕੁ ਤਨਦੇਹੀ ਨਾਲ ਉਹ ਲੜ ਸਕਦੇ ਨੇ। ਹਾਂਜੀ, ਹੇਤ ਪਲਾਵਨ ਕੇ ਹੋਏ ਤਿਆਰੇ
ਪਿਖ ਬੰਦੇ ਸਭ ਸੰਗ ਉਚਾਰੇ। ਬਸ ਜਦੋਂ ਵੇਖਿਆ ਬਾਬਾ ਬੰਦਾ ਸਿੰਘ ਬਹਾਦਰ ਨੇ ਵੀ ਇਹ ਤਾਂ ਹੁਣ ਜੁੱਤੀਆਂ ਹੱਥ 'ਚ ਫੜ ਕੇ ਭੱਜਣ ਵਾਲਿਆਂ 'ਚੋਂ ਨੇ। ਬਾਬਾ ਬੰਦਾ ਸਿੰਘ ਬਹਾਦਰ ਨੇ ਉਹਨਾਂ ਨੂੰ ਵੰਗਾਰਿਆ, ਕਹਿਣ ਲੱਗੇ ਤੁਹਾਨੂੰ ਲੱਜਾ ਨਹੀਂ ਆਈ ਵੀ ਜੇ ਹੁਣ ਸਨਮੁੱਖ ਹੋ ਕੇ ਜੂਝਣ ਦੀ ਵਾਰੀ ਆਈ ਤਾਂ ਭੱਜ ਚੱਲੇ ਹੋ ਵੀ ਉਦਣ ਦਾ ਤਾਂ ਹਲਵਾ ਮਾਂਡਾ ਠੀਕ ਠਾਕ ਖਾ ਰਹੇ ਹੋ। ਭਾਈ ਅਮੂਮਨ ਸਾਡੇ ਨਾਲ ਵੀ ਇੱਦਾਂ ਹੀ ਹੁੰਦਾ ਹੈ, ਜਿਹੜੇ ਬਹੁਤੇ ਲੋਕ ਅਸੀਂ ਆਪਣੇ ਨਾਲ ਇਕੱਠੇ ਕਰਕੇ ਤੁਰੇ ਫਿਰਦੇ ਹਾਂ ਨਾ, ਇਹ ਸਾਰੇ ਹਲਵਾ ਮਾਂਡਾ ਛੱਕ ਕੇ ਜਕਾਰੇ ਛੱਡਣ ਵਾਲੇ ਹੁੰਦੇ ਨੇ। ਲੜਨ ਮਰਨ ਵਾਲੇ ਲੋਕ ਹਮੇਸ਼ਾ ਤੁਹਾਡੇ ਨਾਲ ਬਹੁਤੇ ਨਹੀਂ ਹੁੰਦੇ, ਜਿਹੜੇ ਤੁਹਾਡੀ ਖਾਤਰ ਜਿਉਂਦੇ ਹੋਣ, ਜਿਹੜੇ ਤੁਹਾਡੇ ਆਪਣੇ ਹੋਣ, ਜਿਹੜੇ ਤੁਹਾਡੇ ਕਰਕੇ ਹੋਣ। ਇਹ ਜਦੋਂ ਕਦੇ ਲੋੜ ਪਈ ਤਾਂ ਵੇਖਿਓ ਤੁਸੀਂ ਦੋ ਚਾਰ ਪੰਜ ਹੀ ਰਹਿ ਜਾਣੇ, ਭੱਜ ਜਾਣੇ ਸਾਰੇ। ਬਾਬਾ ਬੰਦਾ ਸਿੰਘ ਬਹਾਦਰ ਨੇ ਵੰਗਾਰਿਆ ਉਹਨਾਂ ਨੂੰ, ਹੇਤ ਪਲਾਵਣ ਕੇ ਹੋਏ ਤਿਆਰੇ, ਪਿੱਖ ਬੰਦੇ ਸਭ ਸੰਗ ਉਚਾਰੇ। ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੂੰ ਵੰਗਾਰਦੇ ਨੇ। ਹਾਂਜੀ, ਤਰਾਸੋ ਮਤ ਹੋ ਜੋ ਸਵਧਾਨਾ, ਸਭ ਕੇ ਮੈਂ ਬਚਾਏ ਹਾਂ ਪ੍ਰਾਣਾ। ਬਾਬਾ ਬੰਦਾ ਸਿੰਘ ਬਹਾਦਰ ਕਹਿਣ ਲੱਗਾ ਭੱਜਣਾ ਨਹੀਂ, ਤਕੜੇ ਹੋਵੋ, ਮੇਰੀ ਜ਼ਿੰਮੇਵਾਰੀ ਹੈ, ਤੁਹਾਡੇ ਪ੍ਰਾਣ ਮੈਂ ਬਚਾਵਾਂਗਾ। ਅੱਜ ਸਮਾਂ ਸਮਾਪਤ ਹੈ, ਸਤਿਗੁਰੂ ਕਿਰਪਾ ਕਰਨ ਅਗਲੀ ਕਥਾ ਆਪਾਂ ਕੱਲ੍ਹ ਗੁਰੂ ਕੀ ਗੋਦ ਵਿੱਚ ਬੈਠ ਕੇ ਸੁਣੀਏ। ਸੋ ਅਗਲਾ ਜੋ ਪ੍ਰੋਗਰਾਮ ਮਾਤਾ ਸਾਹਿਬ ਕੌਰ ਜੀ ਦੇ 338ਵੇਂ ਇਸ ਜਨਮ ਦਿਨ ਨੂੰ ਮਨਾਉਣ ਦਾ ਜਿਹੜਾ ਸਮਾਗਮ ਹੈ, ਉਸ ਲੜੀ ਵਿੱਚ ਆਪ ਜੀ ਜੁੜੋ। ਮੈਂ ਬੇਨਤੀ ਕਰਾਂਗਾ ਗੁਰੂ ਕੇ ਵਜ਼ੀਰ ਭਾਈ ਸਾਹਿਬ ਹੋਰਾਂ ਨੂੰ ਕਿ ਅਗਲੇ ਸਮੇਂ ਦੀ ਅਨਾਊਂਸਮੈਂਟ ਉਹ ਕਰ ਦੇਣ ਕਿ ਮੇਰੇ ਤੋਂ ਬਾਅਦ ਕਿਹਨਾਂ ਨੇ ਹਾਜ਼ਰੀ ਭਰਨੀ ਹੈ। ਤਕਰੀਬਨ 10:15-10 ਵਜੇ ਤੱਕ ਇਸੇ ਤਰ੍ਹਾਂ ਦੀਵਾਨ ਸੱਜੇਗਾ, ਫਿਰ ਅਰਦਾਸ ਹੋਏਗੀ, ਹੁਕਮਨਾਮਾ ਹੋਏਗਾ, ਸਮਾਗਮ ਦੀ ਸੰਪੂਰਨਤਾ ਹੋਏਗੀ। ਸਾਰਿਆਂ ਨੂੰ ਮਾਤਾ ਜੀ ਦੇ ਇਸ ਪਵਿੱਤਰ ਜਨਮ ਦਿਹਾੜੇ ਨੂੰ ਮਨਾਉਣ ਦੀਆਂ ਲੱਖ ਲੱਖ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਕੀ ਪਿਆਰੀ ਸਾਧ ਸੰਗਤ ਜੀ, ਆਪ ਜੀ